कृपा करो दिन के दाते मेरा गुणा अवगणना विचारो कोई माटी का क्या धूपै स्वामी मानस की गत एक ओंकार सतगुरु प्रसाद गुजरी महला पंजवां चौपदे कार दूजा क्रिया चार करें खट कर्मा इतराते संसारी अंतर में न उतरे हो मैं बिन गुरु बाजी हरी क्रिया चार करें खट कर्मा इतराते संसारी अंतर में न उतरे मैं बिन गुरु बाजी हरी मेरे ठाकुर रख ले वो कृपा धारी कोट मते को बिरला सेवक होर सगले ब्योहारी मेरे ठाकुर रख ले वो कृपा धारी कोट मदे को बिरला सेवक होर सगले ब्योहारी राव शास्त्र वेद सिमरत सब सोदे सब एका बात पुकारी बिन गुर मुक्त ना को पावे मन वेखो कर विचारी अठ सठ मजन कर इशनाना भ्रम आए धार सारी अनक सोच करें दिन राती बिन सतगुर अंधियारी धावत धावत सब जगत आयो अब आए हर द्वारी दुर्मत मेट बुद्ध परगासी जन नानक गुरमुख तारी धावत धावत सब जगत आयो अब आए हर द्वारी दुर्मत मेट बुद्ध परगासी जन नानक गुरमुख तारी परम सम्मान योग तन तन शब्द गुरु श्री गुरु ग्रंथ साहिब सच्चे पातशाह महाराज जी की पावन हजूरी अंदर हफ्तावारी दिन के गुरम समागम दी हाजरियां भर रहे सत्कारयोग सतसंगी जनों रुझेवियां भरी जिंदगी विचों समा कढ के सतगुरु जी की पावन हजूरी विच आपां सारे जुड़ के बैठे हाँ। मेरे तो पहला सत्कारयोग भाई साहब होना ने सानू सारिआं नूं सतगुरु दी पावन बाणी का कीर्तन सरवण कराया है। आओ शहीदां दे सरताज धन सतगुरु गुरु अर्जन साहब सच्चे पातशाह महाराज जी
ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਵਨ ਸ਼ਬਦ ਦਾ ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਪਾਠ ਸਰਵਣ ਕੀਤਾ ਹੈ। ਇਹ ਪਵਨ ਸ਼ਬਦ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਗੁਜਰੀ ਅੰਦਰ ਘਰ ਦੂਜੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 495 ਅੰਕ ਦੇ ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਦੇ ਅਮੋਲਕ ਵਚਨ ਵਿਚਾਰਨ ਤੋਂ ਪਹਿਲਾਂ, ਜਿਵੇਂ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਹੋਣਾ ਬੇਨਤੀ ਕਰ ਹੀ ਦਿੱਤੀ ਹੈ ਵੀ ਜਿਨ੍ਹਾਂ ਨੇ ਵੀ ਜਲ ਪਾਣੀ ਛਕ ਲਿਆ, ਲੰਗਰ ਹਾਲ ਦੇ ਵਿੱਚ ਬੈਠਣ ਦੀ ਬਜਾਏ ਅੰਦਰ ਆ ਕੇ ਬੈਠੀਏ। ਅਸੀਂ ਆਪਣੀਆਂ ਗੱਲਾਂ ਬਾਤਾਂ ਤਾਂ ਗੁਰਦੁਆਰੇ ਤੋਂ ਬਾਅਦ ਵਿੱਚ ਆਪਣੇ ਘਰਾਂ ਵਿੱਚ ਵੀ ਜਾ ਕੇ ਕਰ ਸਕਦੇ ਹਾਂ, ਜੇ ਕੁਝ ਸਮਾਂ ਬੈਠ ਕੇ ਅਸੀਂ ਸਤਿਗੁਰ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪ੍ਰਾਪਤ ਕਰ ਸਕੀਏ। ਆਸ ਹੈ ਕਿ ਜਿਨ੍ਹਾਂ ਨੇ ਵੀ ਜਲ ਪਾਣੀ ਛਕ ਲਿਆ ਹੋਏ ਇਸ ਬੇਨਤੀ ਨੂੰ ਪ੍ਰਵਾਨ ਕਰਨਗੇ, ਅੰਦਰ ਆਣ ਕੇ ਬੈਠੋ ਤਾਂ ਕਿ ਆਪਾਂ ਕੁਝ ਸਮਾਂ ਸਤਿਗੁਰ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪ੍ਰਾਪਤ ਕਰ ਸਕੀਏ। ਜਦੋਂ ਅਸੀਂ ਸਤਿਗੁਰ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ ਤਾਂ ਮਹਾਰਾਜ ਦੀ ਬਾਣੀ ਵਿੱਚ ਦੋ ਪ੍ਰਕਾਰ ਦੇ ਲੰਗਰ ਦਾ ਜ਼ਿਕਰ ਹੈ, ਜਿਹੜਾ ਭਾਈ ਸੱਤਾ ਅਤੇ ਬਲਵੰਡ ਜੀ ਨੇ ਆਪਣੀ ਵਾਰ ਵਿੱਚ ਲਿਖਿਆ ਹੈ। ਲੰਗਰ ਚੱਲੇ ਗੁਰ ਸ਼ਬਦ, ਇੱਕ ਲੰਗਰ ਹੈ ਸ਼ਬਦ ਦਾ ਜਿਹੜਾ ਸਾਡੀ ਆਤਮਾ ਨੂੰ ਸਾਡੇ ਮਨ ਨੂੰ ਤ੍ਰਿਪਤ ਕਰਦਾ ਹੈ, ਅਤੇ ਦੂਜੇ ਲੰਗਰ ਦਾ ਵੀ ਜ਼ਿਕਰ ਹੈ, ਨਿੰਦਰ ਸੋਈ ਤੇਰੀਏ ਘਿਓ ਮੈਦਾ ਖਾਣ। ਦੂਜਾ ਲੰਗਰ ਹੈ ਰਸੋਈ ਦੇ ਵਿੱਚ ਜਿਹੜਾ ਘਿਓ ਮੈਦਾ ਆਟਾ ਦਾਲਾਂ ਸਬਜ਼ੀਆਂ ਤਿਆਰ ਹੁੰਦੀਆਂ ਨੇ, ਉਹਦੇ ਨਾਲ ਸਾਡੇ ਪੇਟ ਦੀ ਅੱਗ ਬੁਝਦੀ ਹੈ। ਪਰ ਆਮ ਵਚਨ ਵਿੱਚ ਆਉਂਦਾ ਹੈ ਕਿ ਜਿਹੜਾ ਉਹ ਲੰਗਰ ਹੈ ਉਹ ਤਾਂ ਜਦੋਂ ਅਸੀਂ ਘਰ ਵਿੱਚ ਵੀ ਛਕਦੇ ਹਾਂ ਉਹ ਵੀ ਤਾਂ ਮਾਲਕ ਦੇ ਦਿੱਤਾ ਹੋਇਆ ਹੈ। ਇਹ ਇਸ ਵਾਸਤੇ ਲੰਗਰ ਹੁੰਦਾ ਹੈ ਕਿ ਜਿਹੜਾ ਆਇਆ ਹੋਇਆ ਸਰੋਤਾ ਹੈ ਉਹ ਪੇਟ ਦੀ ਪੂਰਤੀ ਕਰਕੇ, ਤਾਂ ਹੀ ਲੰਗਰ ਅਤੇ ਪੰਗਰ ਦੇ ਸ਼ਬਦ ਇਕੱਠੇ ਇਸ ਕਰਕੇ ਵਰਤੇ ਜਾਂਦੇ ਨੇ, ਜਿਹੜਾ ਸੰਗਤ ਵਿੱਚ ਆਣ ਕੇ ਬੈਠੇ ਉਹਨੂੰ ਇਹ ਲੋੜ ਮਹਿਸੂਸ ਨਾ ਹੋਵੇ ਕਿ ਘਰ ਜਾ ਕੇ ਮੈਂ ਪ੍ਰਸ਼ਾਦਾ ਤਿਆਰ ਕਰਨਾ, ਉਹ ਉਹਨਾਂ ਨੂੰ ਸਮਾਂ ਸੰਤੁਸ਼ਟ ਹੋ ਕੇ ਗੁਰੂ ਦੀ ਗੋਦ ਵਿੱਚ ਬੈਠ ਸਕੇ। ਅਸਲ ਵਿੱਚ ਇਹ ਉਹਨਾਂ ਵਾਸਤੇ, ਇਹਨੂੰ ਅਸੀਂ ਪ੍ਰਸ਼ਾਦ ਵੀ ਤਾਂ ਹੀ ਕਹਿੰਦੇ, ਜਿਹੜੀ ਕੜਾਹ ਪ੍ਰਸ਼ਾਦੀ ਦੇਗ ਹੈ ਇਹ ਅਸਲ 'ਚ ਉਹਨਾਂ ਵਾਸਤੇ ਜਿਹੜੇ ਗੁਰਦੁਆਰੇ ਆਉਂਦੇ ਨੇ। ਪਰ ਅਸੀਂ ਤਾਂ ਨਵੀਆਂ ਨਵੀਆਂ ਪਿਰਤਾਂ ਖੜੀਆਂ ਕਰ ਲਈਆਂ ਨੇ ਵੀ ਜਿਹੜਾ ਘਰ ਹੁੰਦਾ ਸੀ ਉਹਦੇ ਵਾਸਤੇ, ਇਹ ਤਾਂ ਆਏ ਹੋਏ ਵਾਸਤੇ ਗਿਫਟ ਹੈ ਕਿ ਜਿਹੜਾ ਆਇਆ ਉਹਦੇ ਵਾਸਤੇ ਪ੍ਰਸ਼ਾਦ, ਜਿਹੜਾ ਹੁਣ ਘਰ ਆਪਣੀ ਨੀਂਦ ਛੱਡਣ ਨੂੰ ਤਿਆਰ ਨਹੀਂ, ਆਪਣਾ ਥੋੜ੍ਹਾ ਜਿਹਾ ਸਮਾਂ ਕੱਢਣ ਨੂੰ ਵੀ ਤਿਆਰ ਨਹੀਂ, ਇਹ ਸਾਡੇ ਵਿੱਚ ਹੌਲੀ ਹੌਲੀ ਗੱਲਾਂ ਪ੍ਰਚਲਿਤ ਹੋ ਗਈਆਂ ਨੇ, ਪਰ ਇਹ ਉਹਦੇ ਵਾਸਤੇ ਸੀ ਜਿਹੜਾ ਆਇਆ ਹੈ, ਜਿਹੜਾ ਮੰਜ਼ਿਲ ਤੈਅ ਕਰਕੇ ਆਪਣੀ, ਜਿਹਨੇ ਇਹ ਲੋੜ ਮਹਿਸੂਸ ਕੀਤੀ ਵੀ 2 ਘੰਟੇ ਅੱਧਾ ਘੰਟਾ ਜੇ ਕੰਮ ਛੱਡਿਆ ਵੀ ਜਾਏਗਾ ਤਾਂ ਕੋਈ ਗੱਲ ਨਹੀਂ, ਇਹ ਮੇਰੀ ਜ਼ਿੰਦਗੀ ਦਾ ਮੇਨ ਮਕਸਦ ਹੈ, ਉਹਦੇ ਵਾਸਤੇ ਸਨਮਾਨ ਸੀ, ਉਹਦੇ ਵਾਸਤੇ ਇਹ ਗੁਰੂ ਦੀ ਰਹਿਮਤ ਸੀ, ਆਓ ਗੁਰੂ ਬਖਸ਼ਿਸ਼ ਕਰੇ। ਜੇ ਅਸੀਂ ਇਹਨਾਂ ਲੋੜਾਂ ਨੂੰ ਸਮਝ ਸਕੀਏ ਤਾਂ ਬੜਾ ਚੰਗਾ ਹੋਏਗਾ। ਸਾਧ ਸੰਗਤ ਦੀ ਗੱਲ ਫਿਰ ਉੱਥੇ ਆਉਂਦੀ ਹੈ ਕਿ ਮਨੁੱਖ ਦੇ ਅੰਦਰ ਦੀ ਜਿਹੜੀ ਤ੍ਰਿਪਤੀ ਹੈ ਉਹ ਸ਼ਬਦ ਨਹੀਂ ਕਰਨੀ ਹੈ। ਬੰਦਾ ਬਿਮਾਰ ਹੋਵੇ ਤਾਂ ਉਹਦਾ ਖਾਣ ਪੀਣ ਨੂੰ ਚਿੱਤ ਨਹੀਂ ਕਰਦਾ, ਸਾਨੂੰ ਪਤਾ ਲੱਗ ਜਾਂਦਾ ਹੈ। ਅਤੇ ਜੇ ਮਨ ਵੀ ਇਸ ਬੰਦੇ ਨਾ ਤੁਰੇ ਦਾ ਅਰਥ ਮਨ ਵਿੱਚ ਕਿਤੇ ਨਾ ਕਿਤੇ ਕੋਈ ਬਿਮਾਰੀ ਟਿਕੀ ਹੋਈ ਹੈ, ਆਓ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਇਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਇੱਕੇ ਵਾਰ ਕਹਿਣ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਬਦ 'ਚ ਗੁਰੂ ਪਾਤਸ਼ਾਹ ਕੀ ਫਰਮਾਉਂਦੇ ਨੇ ਆਓ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਇੱਕ ਵਾਰ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਨੂੰ ਧਿਆਨ ਨਾਲ ਸਮਝ ਲਈਏ। ਮੇਰੇ ਖਿਆਲ ਸਕਰੀਨ ਦੇ ਨਾਲ ਨਾਲ ਸ਼ਬਦ ਆ ਰਿਹਾ ਹੈ, ਬੜੀਆਂ ਸੌਖੀਆਂ ਤੁਕਾਂ ਨੇ। ਮੇਰੇ ਠਾਕੁਰ ਰੱਖ ਲਿਓ ਮੈਨੂੰ ਬਚਾ ਲਓ, ਕਿਰਪਾ ਧਾਰੀ ਕਿਰਪਾ ਦੇ ਘਰ ਵਿੱਚ ਆ ਕੇ, ਕੋਟ ਮੱਧੇ ਕੋ ਬਿਰਲਾ ਸੇਵਕ। ਹੇ ਮਾਲਕ ਜੀ, ਤੁਹਾਡੇ ਦੁਨੀਆਂ ਦੇ ਵਿੱਚ ਸੇਵਕ ਬਹੁਤ ਨੇ, ਪਰ ਕਰੋੜਾਂ ਵਿੱਚੋਂ ਤੁਹਾਡਾ ਉਹ ਵਿਰਲਾ ਸੇਵਕ ਹੈ ਜਿਹੜਾ ਤੁਹਾਨੂੰ ਅੰਦਰੋਂ ਪਿਆਰ ਕਰਦਾ ਹੈ। ਸੇਵਕ ਦੀ ਡੈਫੀਨੇਸ਼ਨ ਜਿਹੜੀ ਬਾਣੀ ਬਿਆਨ ਕਰਦੀ ਉਹ ਕੁਝ ਹੋਰ ਹੈ ਸਾਧ ਸੰਗਤ ਜੀ। ਵੈਸੇ ਤਾਂ ਦੁਨੀਆਂ ਅੰਦਰ ਸਾਰੇ ਆਪਣੇ ਆਪ ਨੂੰ ਸੇਵਕ ਕਹਿਣਗੇ, ਪਰ ਮਹਾਰਾਜ ਨੇ ਬਾਣੀ ਵਿੱਚ ਸੇਵਾ ਦੀ ਡੈਫੀਨੇਸ਼ਨ ਪਤਾ ਕੀ ਦੱਸੀ ਹੈ? ਸੇਵਕ ਕੌਣ ਆ ਜੀ ਭਲਾ? ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਜਿਹੜਾ ਜੇ ਮਾਣ ਅਭਿਮਾਨ ਵਿੱਚ ਹੀ ਫਸਿਆ ਹੋਇਆ ਵੀ ਮੈਂ ਸੇਵਾ ਕੀਤੀ ਮੈਨੂੰ ਸਿਰੋਂ ਪਾਉ ਨਹੀਂ ਮਿਲਿਆ, ਮੈਂ ਇੰਨਾ ਕੁਝ ਕੀਤਾ ਮੇਰਾ ਕਿਸੇ ਨੇ ਨਾ ਹੀ ਨਹੀਂ ਲਿਆ, ਮਹਾਰਾਜ ਕਹਿੰਦੇ ਜਿਹੜਾ ਇਹ 'ਚ ਹੀ ਫਸਿਆ ਉਹ ਜਿੰਨਾ ਮਰਜ਼ੀ ਕਰ ਲਏ ਅਜੇ ਉਹ ਸੇਵਕ ਨਹੀਂ ਬਣੇ, ਕਿਉਂਕਿ ਮਾਣ ਅਭਿਮਾਨ ਮੰਦੇ, ਉਹ ਤੇ ਮਾਣ ਅਭਿਮਾਨ ਵਿੱਚ ਹੀ ਫਸਿਆ ਪਿਆ ਵੀ ਜੇ ਮੈਂ ਇੰਨਾ ਕੀਤਾ ਮੈਨੂੰ ਕੋਈ ਚੰਗਾ ਕਵੇ ਦਾਦਾ। ਕਹਿੰਦੇ ਮਾਣ ਅਭਿਮਾਨ ਮੰਦੇ ਸੋ ਸੇਵਕ ਨਾਹੀਂ।
ਜਿਹੜਾ ਅਜੇ ਮਾਣ ਅਭਿਮਾਨ ਵਿੱਚ ਫਸਿਆ ਕਹਿਣ ਲੱਗੇ ਉਹ ਦੁਨੀਆਂ ਦੇ ਲੋਕ ਤੇ ਉਹਨੂੰ ਸੇਵਕ ਹੀ ਜਾਣਗੇ। ਪਰ ਗੱਲ ਤੇ ਪ੍ਰਵਾਨਗੀ ਦੀ ਹੈ ਮਹਾਰਾਜ ਕਹਿੰਦੇ ਨਹੀਂ ਅਜੇ ਤੂੰ ਸੇਵਕ ਨਹੀਂ ਬਣਿਆ। ਹੁਣ ਸਾਹਿਬ ਨੇ ਬਾਣੀ ਚ ਆਖਿਆ ਸੇਵ ਕੀਤੀ ਸੰਤੋਖੀ, ਸੰਤੋਖੀ ਬੰਦਾ ਹੀ ਸੇਵਾ ਕਰ ਸਕਦਾ। ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓ। ਉਹ ਸੇਵਾ ਕਰਦਿਆਂ ਕਰਦਿਆਂ ਕਦੀ ਉਸ ਬੰਦੇ ਕਦਮ ਨਹੀਂ ਰੱਖਦਾ ਜਿਹਦੇ ਨਾਲ ਉਹਦੀ ਕਿਰਤ ਵਿੱਚ ਮਿਲਾਵਟ ਹੋਵੇ, ਜਿਹਦੇ ਨਾਲ ਉਹਨੂੰ ਬੇਈਮਾਨੀਆਂ ਕਰਨੀਆਂ ਪਵੇ, ਜਿਹਦੇ ਨਾਲ ਉਹਦਾ ਕਰੈਕਟਰ ਨੀਵਾਂ ਹੋਵੇ। ਉਹ ਕੰਮ ਕਰਦਾ ਹੀ ਨਹੀਂ ਸੰਤੋਖੀ ਬੰਦਾ, ਸੇਵਕ ਬੰਦਾ। ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੋਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆਂ ਤੋੜੇ, ਪੜ੍ਹੋ ਜੀ, ਉਹਨੇ ਦੁਨੀਆਂ ਤੋੜੇ ਬੰਧਨ, ਸਮਾਜ ਦੇ ਬੰਧਨਾਂ ਵਿੱਚ ਬੱਝਾ ਹੋਇਆ, ਬੰਧਨ ਹੀ ਹੈ। ਹੁਣ ਬੰਧਨ ਜਿਹੜੇ ਨੇ ਨਾ, ਹੁਣ ਕਿਸੇ ਬੰਦੇ ਨੂੰ ਜੇਲ੍ਹ ਵਿੱਚ ਜਦੋਂ ਰੱਖਿਆ ਜਾਂਦਾ, ਕਦੇ ਹੱਥ ਘੜੀ ਲਾਈ ਜਾਂਦੀ ਹੈ, ਪੈਰ ਵਿੱਚ ਸੰਗਲ ਪਾਇਆ ਜਾਂਦਾ, ਸਾਨੂੰ ਦਿਸਦੀ ਹੱਥ ਘੜੀ ਹੋਣੀ, ਪਰ ਜਿਹੜੇ ਬੰਧਨਾਂ ਦੇ ਸੰਗਲ ਨੇ ਦਿਸਦੇ ਨਹੀਂ ਸਾਨੂੰ। ਇਹ ਵੀ ਤਾਂ ਬੰਧਨਾਂ ਦੇ ਸੰਗਲ, ਮੈਂ ਉੱਥੇ ਗਿਆ, ਉਹਨੇ ਮੇਰਾ ਨਾਂ ਨਹੀਂ ਲਿਆ, ਮੈਂ ਆਹ ਕੰਮ ਕੀਤਾ, ਮੇਰਾ ਉਹਨੇ ਸਤਿਕਾਰ ਨਹੀਂ ਕੀਤਾ, ਮੈਂ ਫਲਾਣੇ ਰਿਸ਼ਤੇਦਾਰ ਕੋ ਗਿਆ, ਉਹ ਮੇਰੇ ਨਾਲ ਚੰਗੀ ਤਰ੍ਹਾਂ ਬੋਲਿਆ ਨਹੀਂ। ਇਹ ਬੰਧਨ ਜਿਹੜੇ, ਇਹ ਜਿਹੜੇ ਬੰਧਨ ਦਿਸਦੇ ਨਹੀਂ ਬੰਦੇ, ਇਹਨਾਂ ਬੰਧਨਾਂ ਵਿੱਚ ਹੀ ਬੱਝਾ ਹੋਇਆ ਬੋਲਣਾ ਛੱਡ ਜਾਂਦਾ ਹੈ, ਹਉਮੈ ਗ੍ਰਸਤ। ਕਿੰਨੇ ਸਾਹਿਬ ਜੀ ਨੇ ਸ਼ਬਦ ਇੱਦਾਂ ਦੇ ਵਰਤੇ ਨੇ ਕਿ ਬੰਦਾ ਜੀ ਇਹਨਾਂ ਕੰਮਾਂ ਵਿੱਚ ਹੀ ਫਸਿਆ ਹੋਇਆ, ਬਾਹਰ ਨਿਕਲਣ ਨੂੰ ਤਿਆਰ ਹੀ ਨਹੀਂ। ਜਿਹੜੀ ਬਾਣੀ ਵਿੱਚ ਰੱਖਿਆ ਦੀ ਗੱਲ ਵੀ ਆਈ ਹੈ ਨਾ, ਮੈਨੂੰ ਰੱਖ ਲਓ, ਮੈਨੂੰ ਬਚਾ ਲਓ, ਉਦਾਰਥ ਵੀ ਇਹ ਮਹਾਰਾਜ ਜਿਹੜੀ ਬਿਪਤਾ ਵਿੱਚੋਂ ਮੈਂ ਲੰਘ ਰਿਹਾ ਨਾ, ਇਸ ਪੀੜਾ ਵਿੱਚੋਂ ਮੈਂ ਲੰਘ ਰਿਹਾ, ਇਹਦੇ ਵਿੱਚੋਂ ਮੈਨੂੰ ਬਾਹਰ ਕੱਢੋ। ਸਾਹਿਬ ਨੇ ਬਾਣੀ 'ਚ ਕੀ ਆਖਿਆ, ਸਾਕਤ ਹਰ ਰਸ, ਪੜ੍ਹੋ ਸਾਸੂ ਜੀ, ਸਾਕਤ ਹਰ ਰਸ। ਸਾਸੂ ਜੀ ਭਲਾ ਕਿਹੜੀ ਬਾਣੀ ਦੀ ਤੋਕ ਹੈ ਜੀ, ਕਿਹੜੀ ਬਾਣੀ ਦੀ ਤੋਕ ਹੈ ਸਾਸੂ ਜੀ, ਜਿਹੜੀ ਰੋਜ਼ ਰਾਤ ਨੂੰ ਆਪਾਂ ਸੋਲ੍ਹਾਂ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ। ਹੁਣ ਇਹ ਨਾ ਸੋਚਿਓ ਵੀ ਭਾਈ ਸਾਹਿਬ ਸਾਡਿਆਂ ਨੂੰ ਧਿਆਨ ਹੀ ਲੈਣ ਲੱਗ ਪਏ, ਹੌਲੀ ਹੌਲੀ ਕਿਸ ਕਿਹੜੀ ਲੱਗ ਪਏ, ਵੀ ਪਹਿਲਾਂ ਤਾਂ ਲੰਗਰ ਹਾਲ 'ਚ ਆਉਂਦੇ ਨੇ ਜਿਹੜੇ ਉਹ ਸੁਣ ਲੈਣ ਉਹਨਾਂ ਵੀ ਅਤੇ ਪਰਚੇ ਪਾਉਣ ਲੱਗ ਪਏ ਆਪਾਂ ਜਾਣੇ। ਨਹੀਂ ਨਹੀਂ, ਮੈਂ ਤਾਂ ਇੱਕ ਸਾਂਝੀ ਦੀ ਗੱਲ ਕਰ ਲਿਆ ਵੀ ਸਿੱਖ ਸੁਚੇਤ ਹੋ ਕੇ ਗੁਰੂ ਦੀ ਗੋਦ ਵਿੱਚ ਬਵੇ। ਜੇ ਬੰਦੇ ਨੇ ਗੁਰਦੁਆਰੇ ਆਣ ਕੇ ਪੱਖਿਆਂ ਵੱਲ ਲਾਈਟਾਂ ਵੱਲ ਹੀ ਦੇਖੀ ਜਾਣਾ, ਇਹਦਾ ਅਰਥ ਸਰੋਤਾ ਨਹੀਂ ਚੰਗੀ ਤਰ੍ਹਾਂ ਬਣ ਪਾਏਗਾ। ਸਰੋਤੇ ਦਾ ਮਕਸਦ ਹੈ ਜਿਹੜਾ ਸ਼ਬਦ ਵਿੱਚੋਂ ਰਸ ਚੂਸੇ ਉਹਨੇ ਵੇਖਣਾ ਵੀ ਜਾਣ ਲੱਗਿਆ ਮੈਂ ਇੱਥੋਂ ਲੈ ਕੇ ਕੀ ਜਾਣਾ, ਅਤੇ ਜਿਹੜਾ ਅਜੇ ਇਹ ਵੇਖੀ ਜਾਵੇ ਉਹਨੇ ਕਿੰਨੇ ਡਾਲਰ ਦਾ ਮੱਥਾ ਡਿੱਗਿਆ, ਬੋਲਾ ਉਹਨੇ ਅੱਜ ਕੱਪੜੇ ਕਿੱਦਾਂ ਦੇ ਪਾਏ ਨੇ, ਉਹ ਅੱਜ ਮੂੰਹ ਕਰਕੇ ਕਿੱਦਾਂ ਬੈਠਾ ਸੀ, ਉਹ ਗੁਰਦੁਆਰੇ ਬਹਿ ਕੇ ਮੂੰਹ ਹੀ ਲਾਈ ਜਾਂਦਾ ਸੀ, ਉਹ ਗੁਰਦੁਆਰੇ ਬਹਿ ਕੇ ਇੱਧਰ ਨੂੰ ਵੇਖੀ ਜਾਂਦਾ ਸੀ, ਅਤੇ ਜਿਹੜਾ ਇਹ ਵੇਖ ਰਿਹਾ ਨਾ ਧਿਆਨ ਉਹਦਾ ਵੀ ਸ਼ਬਦ ਵਿੱਚ ਆ ਰਿਹਾ ਸੀ, ਵੀ ਤੇਰੀ ਵੀ ਤਾਂ ਡਿਊਟੀ ਹੋ ਰਹੀ ਲੱਗੀ, ਤੂੰ ਵੀ ਤਾਂ ਨੋਟ ਕਰਦਾ ਪਿਆ ਸੀ, ਤੇਰਾ ਵੀ ਧਿਆਨ ਇੱਧਰ ਨਹੀਂ ਸੀ ਲੱਗਦਾ। ਭਾਈ ਸਾਹਿਬ ਨੇ ਅੱਠ ਪ੍ਰਕਾਰ ਦੇ ਸਰੋਤਿਆਂ ਦਾ ਜ਼ਿਕਰ ਕੀਤਾ। ਸਰੋਤਾ ਬਣਨਾ ਬੜੀ ਵੱਡੀ ਗੱਲ ਹੈ, ਸਰੋਤਾ ਸ਼ਬਦ ਦਾ ਰਸ ਚੂਸਦਾ ਬਾਣੀ ਕਹਿੰਦੀ ਕੀ ਹੈ, ਜਿਹੜੇ ਸ਼ਬਦ ਦਾ ਭਾਵਨੇ ਪਾਠ ਕੀਤਾ ਇਹਦਾ ਰਾਵ ਦਾ ਬੰਦ ਹੈ, ਮੇਰੇ ਠਾਕੁਰ ਰੱਖ ਲਿਓ ਮੈਨੂੰ ਬਚਾ ਲਵੋ, ਕਿਰਪਾ ਧਾਰੀ ਕੋਟ ਮੱਧੇ ਕੋ ਵਿਰਲਾ ਸੇਵਕ, ਕਰੋੜਾਂ ਵਿੱਚੋਂ ਤੁਹਾਡਾ ਕੋਈ ਵਿਰਲਾ ਹੀ ਸੇਵਕ ਆ, ਅਤੇ ਮਹਾਰਾਜਾ ਬਾਕੀ ਕੌਣ ਹੈ, ਕਹਿੰਦੇ ਹੋਰ ਸਗਲੇ ਬਿਹਾਰੀ, ਬਾਕੀ ਕੌਣ ਆ ਜੀ, ਸਗਲੇ ਪਿਓ ਬਿਹਾਰੀ, ਬਿਹਾਰੀ ਕਹਿੰਦੇ ਬਿਹਾਰੀ ਜਿਹੜਾ ਸਿਰਫ ਆਪਣੇ ਵਿਹਾਰ ਕਰਕੇ ਸਾਨੂੰ ਉਹ ਰਿਸ਼ਤੇਦਾਰ ਪਸੰਦ ਹੈ ਜਿਹੜਾ ਲੋੜ ਵੇਲੇ ਸਾਨੂੰ ਫੋਨ ਕਰੇ ਸਾਸਕ ਜੀ, ਨਹੀਂ ਬੋਲੋ ਸਾਸਕ ਜੀ, ਨਹੀਂ ਜੀ ਨਹੀਂ, ਜਿਹੜਾ ਸਿਰਫ ਲੋੜ ਪੈਣ ਤੇ ਸਾਲ ਬਾਅਦ ਇੱਕ ਵਾਰੀ ਫੋਨ ਕਰੇ ਤੇ ਆਪਾਂ ਨੂੰ ਪਤਾ ਲੱਗਦਾ ਅੱਜ ਅਸੀਂ ਫੋਨ ਚੁੱਕਦੇ ਹਾਂ ਪੁੱਛਦੇ, ਉਹ ਸਾਨੂੰ ਪੁੱਛਦਾ ਹੋਰ ਟੱਬਰ ਦਾ ਕੀ ਹਾਲ ਆ, ਆਪਾਂ ਕਹਿੰਦੇ ਟੱਬਰ ਬਾਰੇ ਛੱਡ ਕੰਮ ਦੱਸ ਕੀ ਹੈ, ਉਹ ਹੀ ਕਹਿੰਦਾ ਤੈਨੂੰ ਕਿਦਾਂ ਪਤਾ, ਕਹਿੰਦਾ ਭਰਾਵਾ ਤੇਰਾ ਫੋਨ ਹੀ ਉਦੋਂ ਜਦੋਂ ਕੰਮ ਹੁੰਦਾ, ਉਦੋਂ ਤਾਂ ਤੂੰ ਕਦੀ ਨਾ ਭਾਪਾ ਜੀ ਬਾਰੇ ਪੁੱਛਿਆ, ਨਾ ਤਾਇਆ ਜੀ ਬਾਰੇ ਪੁੱਛਿਆ, ਨਾ ਤਾਈ ਜੀ ਬਾਰੇ ਪੁੱਛਿਆ, ਸਾਨੂੰ ਵੀ ਪਤਾ ਲੱਗ ਜਾਂਦਾ ਨਾ, ਅਤੇ ਕਈ ਵੈਸੇ ਵੀ ਪੁੱਛਦੇ ਹੋਰ ਭੈਣ ਜੀ ਦਾ ਕੀ ਹਾਲ ਆ, ਬੱਚਿਆਂ ਦਾ ਕੀ ਹਾਲ ਆ, ਨਿਆਣੇ ਸਕੂਲੇ ਜਾਂਦੇ ਆ ਕਿ ਨਹੀਂ ਜਾਂਦੇ, ਪੜ੍ਹਾਈ ਕਿੱਦਾਂ ਚੱਲਦੀ, ਪੁੱਛਦੇ, ਸਾਨੂੰ ਪਤਾ ਹੁੰਦਾ ਵੀ ਰੂਟੀਨ 'ਚ ਸਾਡੇ ਹਾਲ ਚਾਲ ਪੁੱਛਣਾ, ਅਤੇ ਜਿਹਦਾ ਫੋਨ ਆਉਣਾ ਹੀ ਉਦੋਂ ਆ ਜਦੋਂ ਸਾਨੂੰ ਲੋੜ ਪਵੇ, ਅਤੇ ਅਸੀਂ ਚੁੱਕਦੇ ਹਾਂ ਸਾਰੀ, ਕਹਿੰਦੇ ਭਰਾਵਾ ਟੱਬਰ ਬਾਰੇ ਛੱਡ, ਤੂੰ ਇਹ ਦੱਸ ਵੀ ਤੈਨੂੰ ਚਾਹੀਦਾ ਕੀ, ਇੱਦਾਂ ਜਿਹੜੇ ਆ ਸੁੱਖਣਾ ਸੁੱਖਦੇ ਆ ਵੀ ਮਹਾਰਾਜ ਆਹ ਦੇਵੋਗੇ ਤੇ ਆਹ ਕਰੂੰਗਾ, ਆਹ ਦੇਵੋਗੇ ਤੇ ਆਹ ਕਰਾਂਗਾ, ਮੈਂ ਇੰਨਾ ਪਾਠ ਕਰਨਾ, ਅੜੇ ਚਾਲੀ ਚਾਲੀ ਦਿਨ ਪਾਠ ਹੋ ਰਹੇ ਨੇ। ਗੁਰਮੁਖ ਵਿੱਚ ਸੁੱਖਣਾ ਸ਼ਬਦ ਨਹੀਂ ਹੈ ਜੀ, ਸਾਹ ਸਕਦੇ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੁੱਖਣਾ ਸ਼ਬਦ ਨਹੀਂ ਹੈ, ਸਿੱਖ ਧਰਮ ਵਿੱਚ ਸੁੱਖਣਾ ਪ੍ਰਵਾਨੀ ਹੈ, ਤੇ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ, ਸੁੱਖਣਾ ਦੇ ਹੁਕਮ ਹੈ, ਸਾਨੂੰ ਆਪਣਾ ਬੱਚਾ ਪਸੰਦ ਹੈ ਜੀ, ਜਿਹਨੂੰ ਕਹੀਏ ਪੁੱਤ ਪਾਣੀ ਲਿਆ, ਉਹ ਕਹੇ ਪਹਿਲਾਂ $5 ਦਿਓ, ਸਾਡੇ ਦਿਮਾਗ 'ਚ ਇੱਕਦਮ ਮੈਸੇਜ ਆਉਣਾ ਵੀ ਜੇ ਅੱਜ ਪਾਣੀ ਲਈ $5 ਕਹਿੰਦਾ, ਕੱਲ੍ਹ ਮੈਨੂੰ ਕਿਹਾ ਪੁੱਤ ਹੋਰ ਕੋਈ ਚਾਹ ਬਣਾ ਦੇ, ਇਹਨੇ 10 ਮੰਗਣੀ,
ये तो सौदे बारियां शुरू हो गई। असं कहने पुत ना ओदा सारा कुछ तेरा पर शर्त भी लाइनिया। ये सौदे बारियां पसंद ने पुत ओदा पानी लिया भर के सारा कुछ तेरा ही है। सानू अपना पुत परवान नहीं जरा साढ़े ना सौदेबाजिया करे तो जरा गुरु अगे आके सौदेबाजिया करता महाराज खंड पाठ कराऊंगा जी आ लैसे करे मैं बाणी पढ़ूंगा तो जीवन आ लैके देवगा तो महाराज को सिर किमें प्रवान होने का नहीं पता किमें प्रवान हो सकता। साहब जी ने बाणी में कहता है एक बार सारी संगत पढ़ लो जी होगी संगत आ रही है ताकि बड़े टका आप शब्द विचार कर सकी रावदा बंद मेरे ठाकुर इतने ठाकुर क्या परिपूर्ण परमात्मा काल प्रभु को रख लो कृपा धारी कोट मधे को बरला सेवक हो सकले विहारी बाकी तो विहारी ने सेवक महाराज थोड़ा को बिरला ही आते प्रमाण पत्र बंद को लैन की लड़ नहीं है गुरु ने देना। बंदा किसी को कह दे तू बड़ा वाला सेवक हाँ यह गल नहीं है यह प्रमाण पत्र गुरु ने देना बंद की कही गल मेरे वर्गा झोली चुक जो मर्जी प्रमाण पत्र दे दू ये वर्गा जहेदार कोई नहीं ये वर्गा पंथ दर्दी कोई नहीं ये वर्गा सेवक कोई नहीं मैं तो कह ही देना। तो हर बंद अपने बारे पता हों सत्संग जी मेरे गुण किन्ने अवगुण किन्ने वैसे दुनिया अंदर ना बंदे बंदा पता कि चंगा लगता जोड़ा वो तारीफ करे वैसे रो देना चाहिए जो झूठी तारीफ करे उन्होंने कहना भरावा मेरे में गुण नहीं है जो तू बयान कर रहे नहीं है तू क्यों बोली जाना क्यों समा बर्बाद कर रहे पर कुछ चाहिए हो लीडर ने भी लीडर भी चेंज ही होता ओदा कही जाएगी इन्होंने साढ़े पुत पंजाब चेंज ओदा कुछ चुकने वो बुरी हाल करती सरकार ने पुत मरवाते ड्रग से लाते नशिया से लाते तो जो उस ने आना ना मैं पढ़ के फिर बोलना यह साढ़े इलाके के विधायक साहब यह साढ़े इलाके का माण यह साढ़े इलाके का ताण तो बच्चे वो बंद आते चार दिन पहले थड़िया बह के इन्होंने कह लिया भी इन्होंने बेड़ा गर करता कहते भरावा इन्ना कहते करना ही चाहिए पुत पटवारी नहीं लवाना कल किसी न्याण की बदली भी करवानी पी काम भी है ना यू कहते चाप नूस ये बंदा कर रहा पता तो पता उन्होंने भी है मेरे से गुण है नहीं वो भी कहता तगड़ा होकर बोली जा सू बंदा पसंद कि नहीं जी भला जरा साढ़े मूँह से साढ़े अंदर के अवगुण दसे जरा साढ़े मूँह से अच डेरेदार पसंद क्यों गुरु ग्रंथ साहब जी इन्हें पसंद क्यों नहीं सन ये साढ़े अंदर दमजोरिया दस दे गुर दिखलाई मोहरी मोहरी कहते कमजोरी वीकनेस बंदे की गुरु साढ़े अंदर की कमजोरी बयान करता इतने इतने तेरे च कमजोरी है। वैसे दुनिया का सब तो वड्डा मित्र यह होगा जिहड़ा तुहाडे अंदर दीआं कमजोरियां तुहानूं दसदा हुण बाप पुत दीआं कमजोरियां दसदा ना तो दोस्त कई वारी कमजोरी नहीं दसदा बाप नालों दोस्त चंगा लगता पर समां पा के लगता काश बाप की टाइम सिर गल मन्नी हुंदी इस हालत विच अज मैं ना हुंदा। टीचर स्टूडेंट दीआं कमजोरियां दसदा देखे इतने तेरे च कमजोरी है पर उस वक्त सिर नूं फतूर चढ़िया हुंदा वो अपने टीचर दीआं गल्लां सुणन नूं तैयार नहीं पर समा जो बिगड़ जाता समा बर्बाद हो जाता फिर पछता काश कि मैं टाइम सिर अपने उस्ताद की कोई गल मनी होंगी अज मैं इन हालात में ना लगना पता जिहड़ा सानू साडियां कमजोरियां दसदा कभी नोट करना। वैसे ना संसार से मैं तो कहना हूं हसबेंड वाइफ भी दोवें जाने जे लड़ाइया मंगा चाहते हैं ना दोवें जाने कह जिथे मैं गलत होया तू मैं टोकन तो रोकी ना मैं दस दें इतने तुम गलत जिथे तू गलत होएगी मैं तेन टोकागा पता की होएगा ये असी समाज में वधिया जीवन जी सकेंगे असी अपन कमजोरियां एक दूजे को दसते जाना। जे नौ सस भी ये रिश्ता बना लैन भैन भैन भी अपना लैन दोस्त दोस्त लड़ाइया पैनगियां जी तो सानू तो कोई कह रहे भाई आह काम तू गलत किया आप कंझाउणा पैदे कोल ही नहीं बहना आप कई घर जवाई नशा करता सहरे नशा नहीं करते तो कहीं भी पत्नी कहती आप भी चलीए मेरे पेके तुम भी नाल चलो कहता नहीं तू चली हो बहुत कुत्ते खाने कर दे जो जाई जाओ सारी सारी आदत लैक्चर कर देते मेरे से सहरा साहब के बोलने नहीं अड़ते आते तू आह करता तू आह करता तू आह कर तू कल ही होया तू कल ही होया हूँ सहरे दल्ला बुरी लगदियां ना जो जिंदगी नरक भोग रहा हूँ फिर चेता आता भी शायद वो जड़िया गल् बड़िया चंगी जो गई सानू दोस्त बड़ा पसंद है जोड़ा सानू को कवे आ तेन मैं खवाना वा वो चार दिन तेन नशा खवा रहा है जो तू लग गया प्यार मुड़के उन्होंने पता भी यही हूँ कमजोरी बन चुके हैं इन्हें तो बिना रहना भी नाले आप खाएगा नाले भी नहीं खवाएगा जी हैगी अद्धा पौना गला भी वेच देनी इंज ही हो रहा। सब सच्चे पाशाह ने आख्या हे भलिया
गुरु को रब को आ जरा तेरे अंदर दिया कमजोरिया दसदा है। जे सुधरना चाहना है जे सवरना चाहना है पढ़ो एक बार सारी सुन रख ले वो कृपा तारी 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 रख ले ओ 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 कृपा तारी रख ले वो कृपा तारी कोट मदे को विरला सेवक 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 सारे पढ़ो साथ में होर सगले ब्योहारी 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 रख ले ओ कृपा तारी रख ले ओ कृपा तारी रख ले ओ कृपा तारी रख ले वो 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 कृपा तारी मेरे ठाकुर कितनी कीमती गल कही मेरे ठाकुर रख लो मैनू बचा लो इत ठाकुर आख्या अकाल पुरख परमात्मा ने। वैसे भारत की धरती से पुजारी ने पत्थर नूं भी ठाकुर किया सी ठाकुर द्वारा उन्हें पत्थर आपे घड़िया आपे तराशिया तो दुनिया नूं कहा भगवान ने गड़ी मत्थे टेको गुरमत उस नूं भगवान नहीं मानती गुरमत ने क्लीयर कह दिता पाखान गढ़ के मूर्त की नहीं दे के छाती पाओ जदों पत्थर नूं हाथ लाए किसी मनुख ने उहदा नक बुल उहदे शरीर की सोहनी घाट घड़ी गई ते लोग उन्हों भगवान कह के उहदी गाड़ी नमस्कारा कर लगता है। भगत कबीर जी ने याद रखना जो किसी गलत रस्ते पे हुए मनुख नूं तुसीं टोकोगे ना वह तुहाडा विरोधी होएगा। भगत कबीर जी कांशी के जंपल ते कांशी के विच गढ़ सी उन्हां दा ताइयों भगत कबीर जी वर्गिया नूं तशद्द दे भी सहना पिया हाथियां अगे बन के भी सुटिया गया उन्हां दे बारे कई प्रकार के शब्द भी बोले गए पर परवाह थोड़ा की जिन्होंने संसार में नवे रस्ते देने होंगे ना परवाह नहीं करते क्योंकि उन्होंने चंगा कहता है कोई माड़ा कहता है इस गल की परवाह नहीं करते वो अपने रस्ते तो तुरे जाते उन्होंने मंजिल बहुत अगे होंगी है। हुण भगत कबीर जी ने कहा पाखान गढ़ कै मूर्त कीनी पत्थर नूं घड़िया उहदी मूर्ति बनाई दे के छाती पाओ हुण घर वाले ने उहदी छाती ते पैर भी रखिया उन्हें तराशिया भी छैणियां भी मारियां हथौड़ियां भी मारी तो जे उहदे विच कोई शक्ति होंदी तो भगत कबीर जी कहते जे ए मूर्त साची है
ਤਾਂ ਗੜਨ ਹਾਰੇ ਖਾਓ ਅਤੇ ਜੇ ਵਾਕਿਆ ਦੇ ਵਿੱਚ ਕੋਈ ਤਾਕਤ ਹੁੰਦੀ ਸਭ ਤੋਂ ਪਹਿਲਾਂ ਉਹਦਾ ਨੁਕਸਾਨ ਕਰਦੇ। ਅਤੇ ਮੈਂ ਕਈ ਵਾਰੀ ਮਹਿਸੂਸ ਕਰਦਾ ਹੁੰਦਾ ਇਹ ਇਕੱਲੀ ਪੱਥਰ ਦੀ ਮੂਰਤੀ 'ਤੇ ਨਾ ਗੱਲ ਆਓ, ਆ ਜਿਹੜੀਆਂ ਆਪਣੀਆਂ ਪਿੰਡਾਂ ਵਿੱਚ ਕਬਰਾਂ ਬਣੀਆਂ, ਮੈਂ ਕੋਈ ਪੰਜਾਬ ਦਾ ਪਿੰਡ ਕਬਰਾਂ ਤੋਂ ਮੁਕਤ ਨਹੀਂ ਹੈਗਾ। ਕੋਈ ਪੰਜਾਬ ਦੇ ਬਹੁਤ ਪਿੰਡਾਂ ਸਾਨੂੰ ਵਿਚਰਨ ਦਾ ਮੌਕਾ ਬਣਿਆ, ਪਿੰਡਾਂ ਵਿੱਚ ਕਿਸੇ ਪਿੰਡ 'ਚ ਕਬਰ ਹੈ, ਕਿਸੇ 'ਚ ਦੋ ਹੈ, ਉਹ ਪਤਾ ਵੀ ਨਹੀਂ ਪੀਰ ਹੋਇਆ ਕਿ ਨਹੀਂ ਹੋਇਆ, ਉਹਦੀਆਂ ਜਗ੍ਹਾ ਬਣੀਆਂ। ਅਕਸਰ ਉੱਥੇ ਇੱਟਾਂ ਵੀ ਤਾਂ ਬੰਦਿਆਂ ਲਾਈਆਂ, ਉਹਦੇ 'ਤੇ ਵੀ ਇੱਟਾਂ ਬੰਦਿਆਂ ਲਾਈਆਂ। ਜਦੋਂ ਇੱਟ ਨੂੰ ਭੰਨਿਆ ਹੋਏਗਾ, ਉਹਨੂੰ ਤੋੜਿਆ ਹੋਏਗਾ, ਜੇ ਪੱਥਰ ਦੀ ਮੂਰਤੀ ਵਾਸਤੇ ਸਵਾਲ ਖੜਾ ਹੋ ਸਕਦਾ, ਤੂੰ ਕੋਈ ਨਹੀਂ ਕਹਿ ਸਕਦਾ ਜੇ ਉਸ ਪੀਰ ਵਿੱਚ ਵੀ ਕੋਈ ਤਾਕਤ ਹੈ। ਜਦੋਂ ਇੱਟ ਦੇ ਉੱਤੇ ਉਹ ਜ਼ੋਰ ਜ਼ੋਰ ਨਾਲ ਹਥੌੜੀਆਂ ਮਾਰਿਆ ਸੀ, ਛੈਣੀਆਂ ਮਾਰਿਆ ਸੀ, ਸਭ ਤੋਂ ਪਹਿਲਾਂ ਉਹਦਾ ਨੁਕਸਾਨ ਕਰਨਾ, ਪਹਿਲਾਂ ਉਹਦਾ ਕੋਈ ਨੁਕਸਾਨ ਪਰ ਨਹੀਂ ਹੋਇਆ। ਪਰ ਸਾਡੇ ਸਮਾਜ 'ਚ ਡਰ ਬੈਠ ਗਿਆ, ਆਪੇ 'ਚ ਜਗ੍ਹਾ ਬਣਾਈਆਂ, ਆਪੇ ਉੱਤੋਂ ਡਰੀ ਜਾਂਦੇ ਮੁਰਗੀ। ਵੇਖ ਸਾਡੇ ਸਮਾਜ ਦੀ ਹਾਲਤ ਵੇਖ, ਜਿਹਦੇ ਮਾਂ ਦਾ ਡਰ ਨਹੀਂ, ਜਿਹਦੇ ਬਾਪੂ ਦਾ ਡਰ ਨਹੀਂ, ਜਦੋਂ ਉਹ ਬਾਪੂ ਚੜ੍ਹਾਈ ਕਰ ਜਾਂਦਾ ਨਾ, ਮੁੜ ਕੇ ਉਹਦੀ ਆਪੇ ਜਗ੍ਹਾ ਬਣਾ ਕੇ ਮੁੜ ਕੇ ਉਹ ਤੋਂ ਡਰੀ ਜਾਂਦੇ ਆ। ਉਹ ਵੀ ਆ ਧਾਣਾ ਵੀ ਹੱਦ ਹੋ ਗਈ, ਵੀ ਇਹ ਮਰਿਆ ਤੋਂ ਡਰਦੇ, ਜਿਉਂਦੇ ਦੀ ਤਾਂ ਪਰਵਾਹ ਨਹੀਂ ਕਰਦੇ। ਇੰਝ ਹੋ ਰਿਹਾ ਸਾਡੇ ਸਮਾਜ, ਜਿਹਦਾ ਬਾਪੂ ਕਈ ਵਾਰੀ ਸੁੱਕੀ ਰੋਟੀ ਖਾ ਜਾਂਦਾ ਅਤੇ ਮਰਨ ਤੋਂ ਬਾਅਦ ਜਦੋਂ ਸ਼ਰਾਧ ਕਰਾਏ ਜਾਂਦੇ ਬਾਪੂ ਦੇ ਨਾਂ 'ਤੇ, ਖੀਰ ਬਣਾਓ, ਪੂੜੀਆਂ ਬਣਾਓ, ਛੋਲੇ ਬਣਾਓ, ਵਿੱਚ ਪਨੀਰ ਪਾਓ, ਵਿੱਚ ਛੁਹਾਰੇ ਪਾਓ, ਵਿੱਚ ਕਾਜੂ ਪਿਸਤੇ, ਫਿਰ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਖਾਓ, ਸਾਡੇ ਬਾਪੂ ਨੂੰ ਅੱਗੇ ਭੇਜੋ। ਜਿਵੇਂ ਬ੍ਰਾਹਮਣ ਕੋਲ ਖਾਧੇ ਸੀ ਨਾ, ਸੇਮ ਕੰਮ ਆ ਗਿਆ। ਜਿਵੇਂ ਬ੍ਰਾਹਮਣ ਖਾਂਦਾ ਸੀ, ਬ੍ਰਾਹਮਣ ਖਾ ਕੇ ਮੁੜ ਕੇ ਆਉਂਦਾ ਸੀ, ਭਾਈ ਤੈਨੂੰ ਨਾਲ ਦੰਦ ਘਸਾਈ ਵੀ ਦੇਣੀ ਪੈਣੀ। ਉਹ ਕਹਿੰਦਾ ਕਿਉਂ? ਕਹਿੰਦਾ ਦੰਦ ਤਾਂ ਮੇਰੇ ਕਿਸੇ ਸਮਾਨ 'ਤੇ ਤੁਹਾਡੇ ਬਾਪੂ ਦਾ ਸੀ। ਆਉਂਦਾ ਇਹ ਜਿਹੜੇ ਸੰਦ ਮੇਰੇ ਨੇ ਘਸੇ ਨੇ, ਇਹਦੀ ਘਸਾਈ ਦੇਣੇ ਪੈਣੀ, ਦਿੰਦਾ ਸੀ ਬੰਦਾ। ਅੱਜ ਵੀ ਸਾਡੇ ਸਮਾਜ 'ਚ ਉਹ ਨਹੀਂ ਚੱਲਦਾ। ਉਹ ਇੱਕ ਲੱਭਦੇ ਸੀ, ਸਾਡੇ ਸੁੱਖ ਨਾਲ ਪੰਜ ਲੱਭਦੇ ਫਿਰਦੇ। ਫਿਰ ਜਦੋਂ ਸਰਾਧ ਹੁੰਦੇ ਨਾ, ਫਿਰ ਭੱਜੇ ਫਿਰਦੇ ਆ ਵੀ ਪੰਜਾਂ ਨੂੰ ਛਕਾਉਣਾ ਬੜਾ ਸੀ। ਮੈਂ ਕਈ ਵਾਰੀ ਮਹਿਸੂਸ ਕਰਦਾ ਹੁੰਦਾ, ਜੋ ਬਾਪੂ ਹੁਣ ਤੁਹਾਡਾ ਬਾਪੂ ਫੀਮ ਖਾਂਦਾ ਹੁੰਦਾ, ਭਾਈ ਨੂੰ ਕਹੋ ਫੀਮ ਖਾ, ਹੁਣ ਤਾਂ ਤੁਹਾਡੇ ਬਾਪੂ ਦਾ ਡੋਡਿਆਂ ਤੋਂ ਬਣਾਉਣਾ ਸਰਦਾ ਹੋਵੇ, ਸੋਚਣ ਵਾਲੀ ਗੱਲ ਹੀ ਹੈ। ਹੁਣ ਕਹਿੰਦੇ ਜੀ ਸਾਡਾ ਬਾਪੂ ਜੀ ਖਾਂਦੇ ਸੀ, ਤੁਹਾਨੂੰ ਸਾਹਸ, ਹੁਣ ਬਾਪੂ ਹੋ ਸਕਦਾ ਵਿਚਾਰੇ ਨੇ ਸਾਰੀ ਜ਼ਿੰਦਗੀ ਮਿੱਠਾ ਨਾ ਖਾਧਾ ਹੋਵੇ, ਭਾਈ ਨੂੰ ਉਸਦਾ ਸ਼ੂਗਰ ਹੀ ਨਾ ਹੋਵੇ, ਕਹੇਗਾ ਖੀਰ 'ਚ ਮਰਜ਼ੀ ਖੰਡ ਪਾ ਦਿਉ, ਉਹ ਕਹਿੰਦੇ ਜੀ ਬਾਪੂ ਜੀ ਸਾਡੇ ਖੰਡ ਖਾਂਦੇ ਨਹੀਂ ਸੀ। ਹੁਣ ਇਹਦਾ ਅਰਥ ਜੋ ਬਾਪੂ ਜੀ ਖਾਂਦੇ ਉਹ ਖਾਣਾ, ਜਿੰਨੇ ਪੁੱਠੇ ਕੰਮ ਕਦੀ ਵਿਪਰ ਕਰਾਉਂਦਾ ਸੀ ਪੁਜਾਰੀਆਂ ਕੋਲੋਂ, ਸਾਰੇ ਕੋਲੋਂ ਸਾਡੇ ਬੋਲ ਕਰਾਏ ਜਾ ਰਹੇ। ਸਿੱਖ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ, ਵਿਹਾਰੀ ਬਣ ਚੁੱਕਾ ਹੈ। ਹੁਣ ਅਸਲ ਵਿੱਚ ਸਾਰੇ ਕਰਦੇ ਡਰ ਕਰਕੇ, ਅੰਦਰ ਡਰ ਬੈਠਾ, ਉਸ ਡਰ ਕਰਕੇ ਬੰਦਾ ਕਰੀ ਜਾਂਦਾ, ਹੋਰ ਗੱਲ ਕੁਝ ਨਹੀਂ ਹੈਗੀ। ਜਿਹਦੇ ਬਾਪੂ ਦੀ ਪਰਵਾਹ ਨਹੀਂ, ਜਿਹਦੇ ਮਾਂ ਦੀ ਪਰਵਾਹ ਨਹੀਂ, ਮਨ ਤੋਂ ਵੱਧ ਕੇ ਡਰ ਬੈਠਾ ਹੋਇਆ। ਹੁਣ ਸਾਹਿਬ ਨੇ ਬੜੀ ਕੀਮਤੀ ਗੱਲ ਕਹੀ, ਹੇ ਠਾਕੁਰ ਜੀ, ਹੇ ਰੱਬ ਜੀ, ਮੈਨੂੰ ਰੱਖ ਲਓ, ਬਚਾ ਲਓ, ਰੱਖ ਲਿਓ ਕਿਰਪਾ ਧਾਰੀ। ਵੈਸੇ ਜਿਹੜੇ ਠਾਕੁਰ ਦੀ ਗੱਲ ਬਾਣੀ ਨੇ ਕੀਤੀ ਹੈ ਨਾ, ਉਹ ਠਾਕੁਰ ਬਾਹਰ ਨਹੀਂ ਹੈਗਾ, ਪਿਆਰੇ ਉਹ ਅੰਦਰ। ਕਿਹੜਾ ਠਾਕੁਰ ਹੈ? ਗੁਰੂ ਅਰਜਨ ਸਾਹਿਬ ਨੂੰ ਪੁੱਛੀ ਮਹਾਰਾਜ, ਕਹਿੰਦੇ ਘਰ ਮੈਂ ਠਾਕੁਰ, ਪੜੋ ਜੀ ਉਹਦੀ ਤੋਂ ਕਿਹੜੀ, ਘਰ ਮੈਂ ਠਾਕੁਰ ਨਦਰ ਨਾ ਆਵੇ, ਅੰਦਰ ਬੈਠਾ ਠਾਕੁਰ ਉਹ ਦਿਸਦਾ ਹੀ ਨਹੀਂ। ਗਲ ਮੈਂ ਪਾਹਣਾ ਲੈ ਲਟਕਾਵੇ, ਗਲ ਵਿੱਚ ਪੱਥਰ ਲਟਕਾਈ ਫਿਰਦਾ, ਅੰਦਰ ਬੈਠੇ ਰੱਬ ਨੂੰ ਵੇਖਣ ਨੂੰ ਤਿਆਰ ਨਹੀਂ, ਰੱਬ ਦੇ ਅੰਦਰ ਬੈਠਾ ਸੀ। ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਹਣ ਤੇ ਪਾਹੁਣ, ਜਦੋਂ ਹਾਹੇ ਨੂੰ ਔਂਕੜ ਲਾ ਦਿਓ ਇਹਦਾ ਅਰਥ ਪ੍ਰਾਹੁਣਾ ਬਣ ਜੂ, ਅਤੇ ਹਾਹੇ ਦਾ ਔਂਕੜ ਲਾ ਦਿਓ ਤੇ ਇਹਦਾ ਅਰਥ ਪੱਥਰ ਬਣ ਜੂ। ਇੱਕ ਔਂਕੜ ਵਿੱਚ ਏਡੀ ਵੱਡੀ ਤਲ, ਇਹ ਵਿਆਕਰਨ ਹੈ ਬਾਣੀ ਦਾ ਇੱਕ ਆਪਣਾ। ਪਰ ਜਿਹੜੇ ਡੇਰੇਦਾਰ ਨੇ ਸੰਪਰਦਾਇਕ ਲੋਕ, ਉਹਦੇ ਬਾਣੀ 'ਚ ਵਿਆਕਰਨ ਹੈ ਹੀ ਨਹੀਂ। ਕਦੀ ਪੁੱਛਿਆ ਕਰੋ ਸਾਧ ਸੰਗਤ ਜੀ, ਬਾਣੀ ਦੀ ਔਂਕੜ, ਬਾਣੀ ਦੀ ਸਿਆਰੀ, ਬਾਣੀ ਦੀਆਂ ਦੁਲਾਵਾਂ ਦੇ ਵੀ ਕੁਝ ਮੀਨਿੰਗ ਨੇ? ਬਾਣੀ 'ਚ ਸੁਣਿਆ ਸ਼ਬਦ ਵੀ ਹੈ, ਜਪਜੀ ਸਾਹਿਬ 'ਚ ਸੁਣੀਆਂ ਸ਼ਬਦ ਵੀ ਹੈ, ਜਪਜੀ ਸਾਹਿਬ 'ਚ ਮੰਨੇ ਵੀ ਹੈ, ਇੱਕ ਲਾਮ ਆ ਅਤੇ ਮੰਨੇ ਵੀ ਹਨ, ਦੋਵਾਂ ਦੇ ਅਰਥ ਵੱਖਰੇ ਹੋ ਗਏ। ਬਾਣੀ ਵਿੱਚ ਔਂਕੜ ਸਿਆਰੀ ਦੇ ਕੋਈ ਮਤਲਬ ਨੇ, ਕੋਈ ਮੀਨਿੰਗ ਨੇ? ਗੁਰੂ ਸਾਹਿਬ ਵਰਗਾ ਵਿਦਵਾਨ ਕੋਈ ਨਹੀਂ ਸੀ, ਪਰ ਅਸੀਂ ਇਸ ਗੁਰੂ ਮਹਾਰਾਜ ਦੇ ਉਹਨਾਂ ਦੇ ਹਵਾਲੇ ਕਰਦੇ ਜਿਹੜੇ ਮੂੰਹ ਬਣ ਬਣ ਕੇ ਪਾਠ ਕਰੀ ਜਾਂਦੇ, ਕਰੀ ਜਾਓ ਸੰਪਟ ਪਾਠ, ਲਾਈ ਜਾਓ ਗੋਤਰੀਆਂ ਤਗੜੇ ਹੋ ਗਏ, 13-13 14-14 ਅਖੰਡ ਪਾਠ ਗੁਰਦੁਆਰਿਆਂ 'ਚ ਇਕੱਠੇ ਡੇਰਿਆਂ 'ਚ ਹੋ ਰਹੇ ਨੇ, ਹਾਲਾਤ ਇਹ ਨੇ ਸਾਡੇ, 14-14 ਸਰੂਪ ਇਕੱਠੇ ਪਏ, ਇੱਕ ਕਲਾਸ ਵਿੱਚ ਦੋ ਟੀਚਰ ਇਕੱਠੇ ਪੜ੍ਹਾ ਸਕਦੇ ਸਾਧ ਸੰਗਤ ਜੀ? ਨਹੀਂ ਜੀ, ਨਹੀਂ। ਸਾਰੇ ਜਵਾਬ ਦੇ ਦਿਓ ਜੀ। ਨਹੀਂ ਜੀ, ਨਹੀਂ। ਇਹਦੇ ਰੂਲ ਹੀ ਹੈ ਵੀ ਦੋ ਟੀਚਰ ਇਕੱਠੇ ਪੜ੍ਹਾ। ਵਕੀਲ ਵੀ ਅਦਾਲਤ ਵਿੱਚ ਜਦੋਂ ਬਹਿਸ ਕਰਦੇ, ਇੱਕ ਵਕੀਲ ਬੋਲਦਾ, ਜੇ ਇਕੱਠੇ ਬੋਲ ਪੈਣ ਤਾਂ ਜੱਜ ਕਹਿੰਦਾ ਤੂੰ ਵੀ ਮੇਰਾ ਥੋੜ੍ਹਾ ਬਹੁਤਾ ਖਿਆਲ ਰੱਖੋ, ਮੈਂ ਉੱਚੇ ਥਾਂ 'ਤੇ ਬੈਠਾ। ਉਹ ਪਰਮਿਸ਼ਨ ਲੈ ਕੇ ਬੋਲਦੇ ਵੀ ਮੈਂ ਹੁਣ ਆਪਣਾ ਪੱਖ ਪੇਸ਼ ਕਰਨਾ, ਜੇ ਇਕੱਠੇ ਬੋਲ ਪੈਣ ਤਾਂ ਸਹੀ ਕੇਸ ਨਹੀਂ ਹੋਏਗਾ, ਸੁਣਵਾਈ ਨਹੀਂ ਹੋ ਸਕਦੀ।
क्लास में दो टीचर कठे नहीं बोल सकते, तो सुनने वाले स्वरूप यो होंगे, स्वरूप कितने पैर होंगे जी, बोलो सा सके जी हूँ, थोड़ा बहुत जोड़ घटाओ कर लो, 13-13, 14-14, 20-20, 30-30 कट्ठे खंड पढ़ रखे, साढ़े तो हालात यह बन गए ने, कुड़मा ने खंड पढ़ रखे, उन्हें सदा दिता कुड़मा को, तो कुड़म साहब दी जाके तो फोन कर दे जो अपना स्वरूप कहड़ा, भी इतने तो 20 स्वरूप ने, मैं किनू मत्था टेका, क्योंकि पिंड के फलाने पत्र मेरी बनती नहीं कि भुलेखे ने उस रूप में मत्था टेकना, हद हो गई, असी इन्ने नीवे जा चुके, असी गर्क चुके, गुसारा मनाना मेरी सिद्धी जी शब्दावली, असी इन्ने नीवे जा चुके, निशान साहब 100-100 फुट ते अकल शायद साड़ी पताला तक चले जा चुकी है, असी इन्ने नीवे जा चुके, एडी उच्ची सुची बाणी, एडी विचारधारा साड़ी एडी उच्ची सी, हवाले उन्होंने लोगों के करते जिन्होंने गुरमति ABC भी नहीं सी आउंदी, तो जो असी अज बोलते हैं बड़े बड़े पसीने सुटते हैं उन्होंने जिन्होंने लगातार कर्मकांड अपनी जिंदगी हंडाए, गुरु ग्रंथ साहब की बाणी कुछ होर दसती सी, गुरु ग्रंथ साहब का ज्ञान उपदेश कुछ होर दसता सी, मनुख ने जिंदगी नूं किवें जीना है, अज वापस परतो जे चाहते हो तुहाडे बच्चे समय के हाणी बन सकन, उन्होंने गुरु नानक साहब की विचारधारा दसो, बड़ी उच्ची सुची विचारधारा गुरु नानक साहब की, वड़े वड़े काजी अंदाजा ला के वेखो 84 सिद्ध सी, ते सिद्ध को मामूली बंदे ने विद्वान सी सिरे ते, कितनी गुरु नानक साहब की विद्वता तो प्रभावित होए होणगे, जदों उन्हां दी जबान चों शब्द निकलिया होएगा तां नानक तेरी वड्डी कमाई वड्डा पुरख प्रगटिया कलयुग अंदर जोत, अंदाजा ला के वेखो एक बार किन्ने प्रभावित होए होणगे गुरु नानक साहब महाराज तों, सिद्ध शब्द जीती सिद्ध मंडली, गुरु साहब ने शब्द नाल सिद्धां नूं जुतिया सी, की तुस अपना पंथ निरंगा मारिया सिक्का जगत विच, ये जिहड़ा मारिया सिक्का जगत विच सी ना, नानक निर्मल पंथ चलाया, वह निर्मल पंथ दा अर्थ सी एडा सोहणा पंथ चलाया ना, मैल तों लैस जिहदियां लोग तरीफां करदे नहीं सी जजदे, अज उह किथे चला गया, मलिया मेट करके रखता सानूं लिया के उस कर्मकांडा दे विच लिया के साता, जिस कर्मकांडा विचों सतगुर की बाणी एक एक शब्द एक एक श्लोक राही सानूं बाहर कढ़दी है, हुण साहिब ने आख्या धर्म में ठाकुर नजर न आवै, हिरदे च बैठा रब दिसिया नहीं, साडे नाल ही हो रहा, सिख नूं जपजी साहब याद नहीं, गुरु नानक साहब की मनोकृप तस्वीर परस में पाई फिरदा, गड्डी च लमकाई है, पता लग जाए कि मैं सिख हाँ, वो प्यारे अंदर शब्द याद कर, अंदर गुरु के ज्ञान ना सांझ पा, ਇਹ ਮਨੋਕਰਪ ਤਸਵੀਰਾਂ ਕੋਈ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਫਿਰ ਮਨਾਉਂਦਾ ਅਸੀਂ ਸਿਰਮੇ ਭੰਨਦੇ ਹਾਂ, ਮੂਰਤੀ ਪੂਜਾ 'ਤੇ ਮੰਨ ਕੇ ਬੈਠ ਗਏ, ਜੇ ਇਸਲਾਮ ਵਾਲਿਆਂ ਦਾ ਹਜ਼ਰਤ ਸਾਹਿਬ ਦੀ ਤਸਵੀਰ ਤੋਂ ਬਿਨਾਂ ਸਰ ਗਿਆ ਕਿੰਨਾ ਕੰਟਰੀਆਂ 'ਚ ਰਾਜ ਹੁੰਦਾ, ਬਾਈ ਕਿੱਡੀ ਵੱਡੀ ਕੌਮ ਹੈ ਉਹ, ਹਜ਼ਰਤ ਦੀ ਉਹ ਹਜ਼ਰਤ ਦੀ ਹਜ਼ਰਤ ਸਾਹਿਬ ਦੀ ਉਹਨਾਂ ਨੇ ਤਸਵੀਰ ਨਹੀਂ ਬੰਨ ਦਿੱਤੀ, ਆ ਗਿਆ ਨਹੀਂ ਦਿੱਤੀ ਉਹਨਾਂ ਨੇ, ਸਾਡੇ ਜਿਹੜਾ ਉਹਦਾ ਜੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾ ਦਿਓ, ਗੁਰੂ ਅੰਗਦ ਸਾਹਿਬ ਦੀ ਬਣਾ ਦਿਓ, ਗੁਰੂ ਅਮਰਦਾਸ ਦੀ ਬਣਾ ਦਿਓ, ਗੁਰੂ ਰਾਮਦਾਸ ਦੀ ਬਣਾ ਦਿਓ, ਅਤੇ ਸਾਨੂੰ ਜੇ ਤੋਂ ਪੁੱਛ ਲਵੇ ਤੁਹਾਡਾ ਗੁਰੂ ਮੂਰਤੀ ਪੂਜਾ ਨੂੰ ਮੰਨਦਾ ਸੀ, ਤੁਹਾਡਾ ਗੁਰੂ ਤੇ ਗੁਰਮੂਰਤ ਗੁਰ ਸ਼ਬਦ ਕਹਿੰਦਾ ਸੀ, ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਦੱਸੋ ਸਾਡੇ ਗੁਰੂ ਜੀ ਕਿੱਦਾਂ ਦੇ ਸਨ, ਹੁਣ ਗੁਰਬਾਣੀ ਵਿੱਚੋਂ ਦੱਸਾਂਗੀ, ਪੜ੍ਹਨੀ ਪੈਣੀ ਹੈ, ਇਹਦਾ ਸਹਿਜ ਪਾਠ ਕਰਨਾ ਪੈਣਾ, ਇੱਥੇ ਵਿਚਾਰ ਕਰਨੀ ਪੈਣੀ, ਉਹ ਕੰਮ ਸਾਨੂੰ ਸੌਖਾ ਲੱਗਦਾ, ਅਸੀਂ ਇਵੇਂ ਪਿੱਛੇ ਜਾ ਚੁੱਕੇ, ਜੇ ਸਾਡੇ ਪੁੱਤ ਧੀਆਂ ਸਾਡੇ ਤੋਂ ਸਵਾਲ ਕਰਨਗੇ ਕੀ ਜਵਾਬ ਦਿਓਗੇ, ਅੱਜ ਚਾਹੇ ਉਹ ਪੰਜਾਬ ਦੀ ਗੱਲ ਕਰ ਲਓ, ਚਾਹੇ ਉਹ ਵਿਦੇਸ਼ਾਂ ਦੀ ਗੱਲ ਕਰ ਲਓ, ਜੇ ਅਜੋਕਾ ਨੌਜਵਾਨ ਗੁਰਦੁਆਰਿਆਂ 'ਚ ਨਹੀਂ ਆ ਰਿਹਾ, ਉਹਦੇ ਪਿੱਛੇ ਇੱਕ ਕਾਰਨ ਹੈ, ਉਹਨੂੰ ਉਹ ਜਦੋਂ ਸਾਇੰਸ ਵਿਗਿਆਨ ਪੜ੍ਹਦਾ ਸਟੱਡੀ ਕਰਦਾ, ਉਹਨੂੰ ਇੰਝ ਲੱਗਦਾ ਜਾਂ ਮੇਰੇ ਮਾਂ ਬਾਪ ਝੂਠ ਬੋਲਦੇ ਜਾਂ ਗੁਰਬਾਣੀ ਵਿੱਚ ਕੋਈ ਨਾ ਕੋਈ ਕਮੀ ਹੈ, ਅਤੇ ਮਾਂ ਬਾਪ ਆਪਣੀ ਗਲਤੀ ਮੰਨਣ ਨੂੰ ਤਿਆਰ ਨੇ, ਮੰਨ ਲਓ ਸਾਡੀਆਂ ਗਲਤੀਆਂ ਨੇ, ਗੁਰਬਾਣੀ ਗਲਤ ਨਹੀਂ ਹੈ, ਮੰਨ ਲਓ ਸਵੀਕਾਰ ਕਰ ਲਓ, ਗੁਰਬਾਣੀ ਤੇ ਐਡੀ ਉੱਚੀ ਸੁੱਚੀ ਵਿਚਾਰਧਾਰਾ ਦਿੰਦੀ ਹੈ, ਮੈਨੂੰ ਅੱਜ ਵੀ ਯਾਦ ਹੈ ਆਸਟ੍ਰੇਲੀਆ ਏਅਰਪੋਰਟ ਬ੍ਰਿਸਬੇਨ ਏਅਰਪੋਰਟ 'ਤੇ ਇੱਕ ਹਿੰਦੂ ਨੌਜਵਾਨ ਮਿਲਿਆ ਮੈਨੂੰ, ਮੈਂ ਹੈਰਾਨ ਸੀ ਉਹਦੀ ਗੱਲ ਲੈ ਕੇ, ਮੇਰਾ ਪਲੇਨ 1.5 ਘੰਟਾ ਲੇਟ ਸੀ, ਮੈਨੂੰ ਕਹਿੰਦਾ ਵੀਰ ਜੀ ਮੈਂ ਤੁਹਾਡੇ ਨਾਲ ਬੈਠਣਾ ਚਾਹੁੰਦਾ, ਮੈਂ ਸੁਣਦਾ ਵਿਚਾਰਾ, ਉਹ ਜਦੋਂ ਦੱਸ ਰਿਹਾ ਸੀ ਕਹਿੰਦਾ ਮੈਂ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ, ਦਿੱਲੀ ਦਾ ਰਹਿਣ ਵਾਲਾ ਸੀ, ਉਹ ਕਹਿੰਦਾ ਜੀ ਮੈਨੂੰ ਹੁਣ ਗੁਰਬਾਣੀ ਸੁਣ ਸੁਣ ਕੇ ਮੈਂ ਮੂਰਤੀ ਪੂਜਾ ਛੱਡ ਦਿੱਤੀ, ਉਹ ਦੱਸ ਰਿਹਾ ਸੀ ਮੈਨੂੰ, ਆ ਮੈਂ ਜ਼ਿਆਦਾ ਦੇਰ ਦੀ ਗੱਲ ਨਹੀਂ ਕਰ ਰਿਹਾ, ਮੈਂ ਅਪ੍ਰੈਲ ਮਹੀਨੇ ਦੀ ਗੱਲ ਕਰ ਰਿਹਾ, ਉਹ ਕਹਿੰਦਾ ਜੀ ਮੈਂ ਮੂਰਤੀ ਪੂਜਾ ਛੱਡ ਦਿੱਤੀ ਹੈ, ਮੈਂ ਉਹਦੇ ਚਿਹਰੇ ਬਾਰੇ ਲਿਖ ਰਿਹਾ ਸੀ, ਮੈਂ ਕਿਹਾ ਵੇਖਿਆ ਮੇਰਿਆ ਵੀਰਿਆ ਤੈਨੂੰ ਸਮਝ ਆ ਗਈ, ਤੂੰ ਸ਼ਰਧਾ ਸਿੱਖਾਂ ਨੂੰ ਤਾਂ ਸਮਝ ਹੀ ਨਹੀਂ ਆ ਰਹੀ ਜਿਹੜੇ ਸਿੱਖ ਅਖਬਾਰ ਹੈ, ਹੁਣ ਕੀ ਕਹੋਗੇ ਤੁਸੀਂ, ਗੱਲ ਇੱਥੇ ਰਲ ਕੇ ਆਉਂਦੀ ਹੈ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਿਹਨੂੰ ਚੰਗੀ ਲੱਗਦੀ ਸਿੱਖ ਹੀ ਉਹਦਾ ਉਹ ਹੈ, ਜਿਹਨੂੰ ਚੰਗੀ ਨਹੀਂ ਲੱਗਦੀ ਹੁਣ ਕੀ ਕਹੋਗੇ, ਉਹਨੂੰ ਸਮਝ ਆ ਗਈ ਉਹਨੇ ਛੱਡ ਦਿੱਤਾ,
ਜਿਹੜਾ ਜਿਹੜੀ ਉਹ ਕਰਮ ਕਾਂਡ ਕਰੇ ਇੱਕ ਬੰਨੇ ਕਹੀ ਜਿਹੜਾ ਸਾਨੂੰ ਆਉਂਦਾ ਕੁਝ ਨਹੀਂ, ਦੂਜੇ ਬੰਨੇ ਜਦੋਂ ਗੁਰਮਤਿ ਸਮਝ ਆਉਣੀ ਨਹੀਂ ਜੀ ਕਰਨਾ ਉਹੀ ਹੈ ਜੋ ਸਾਡਾ ਮਨ ਕਹਿੰਦਾ। ਅੰਦਰ ਡਰ ਬੈਠਾ ਇੱਕ, ਉਹ ਡਰ ਕਰਵਾਈ ਜਾ ਰਿਹਾ ਸਾਡੇ ਕੋਲੋਂ, ਡਰ ਕਰਵਾਈ ਜਾ ਰਿਹਾ। ਮੈਂ ਤਾਂ ਤੁਹਾਡੇ ਸਾਹਮਣੇ ਇੱਕ ਸਵਾਲ ਖੜਾ ਕਰਦਾ, ਮੈਂ ਨਹੀਂ ਕਹਿੰਦਾ ਜੋ ਅਸੀਂ ਕਹਿੰਦੇ ਸਹੀ ਆ, ਪਰ ਪੁੱਛਿਆ ਤਾਂ ਜ਼ਰੂਰ ਕਰੋ ਜੀ, ਬਾਣੀ ਵਿੱਚ ਕਿਤੇ ਮੂਰਤੀ ਪੂਜਾ ਦੀ ਹੱਕ ਦੀ ਗੱਲ ਕੀਤੀ? ਜਿਹੜਾ ਗੁਰੂ ਸਾਹਿਬ ਜੀ ਉਹਨਾਂ ਭਗਤਾਂ ਦੀ ਬਾਣੀ ਲੈ ਕੇ ਆਏ, ਬੁੱਧ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ, ਕੀ ਉਹ ਇਜਾਜ਼ਤ ਦੇਣਗੇ ਵੀ ਕੋਈ ਉਹਨਾਂ ਦਾ ਬੁੱਧ ਬਣਾ ਕੇ ਉਹਨਾਂ ਅੱਗੇ ਮੱਥਾ ਟੇਕੇ? ਸਿੱਖ ਨੇ ਅੰਦਰ ਬੈਠੇ ਰੱਬ ਨਾਲ ਸਾਂਝ ਪਾਉਣੀ। ਮੇਰੇ ਠਾਕੁਰ ਰੱਖ ਲੇ ਉਹ ਕਿਰਪਾ ਧਾਰੀ, ਠਾਕੁਰ ਕਿਹੜਾ? ਤੁਮ ਦਾਤੇ ਠਾਕੁਰ ਪ੍ਰਥ ਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਥ ਪਾਲੋ, ਪੜੋ ਹਮ ਬਾਰਕ ਤੁਮਰੇ ਜੇਵਾ ਏਕ ਕਮਣ ਗੁਣ ਕਈ। ਰੱਬ ਦੀ ਜ਼ਬਾਨ ਇੱਕ ਤੇ ਗੁਣ ਬੜੇ ਤੁਹਾਡੇ, ਜੇਵਾ ਏਕ ਕਮਣ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ, ਤਿਰਵੰਤ ਨਕ ਨਹੀਂ ਲਹੀ ਹੈ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਓ ਹਮ ਅਗਿਆਨ। ਕਿਹੜੀ ਅਗਿਆਨਤਾ ਦੀ ਗੱਲ ਹੋ ਰਹੀ ਜੀ? ਦੁਨੀਆਂ ਕੋਲ ਤੇ ਗਿਆਨ ਹੀ ਬੜਾ, ਕੋਈ ਤੇ ਬੰਦਾ ਮੰਨਣ ਨੂੰ ਤਿਆਰ ਨਹੀਂ, ਮੇਰੇ ਕੋਲ ਗਿਆਨ ਨਹੀਂ ਹੈ। ਬਾਣੀਆਂ ਦੀ ਹਮ ਅਗਿਆਨ, ਅਲਪ ਮਤ ਥੋੜ੍ਹੀ, ਸਾਹਿਬ ਜੀ ਕਹਿੰਦੇ ਮਤ ਥੋੜ੍ਹੀ ਹੈ ਅਗਿਆਨਤਾ। ਕਿਹੜੀ ਅਗਿਆਨਤਾ? ਬੰਦਾ ਤੇ ਹਰ ਕਹਿੰਦਾ ਮੇਰੇ ਕੋਲ, ਕਿਸੇ ਨੂੰ ਪੁੱਛ ਕੇ ਵੇਖੋ ਗਿਆਨ ਲੈਣਾ ਹੀ, ਕਹਿੰਦਾ ਮੇਰਾ ਤੇ ਆਪਣਾ ਡੁੱਲਣ ਡਿਆ ਵਾ, ਮੈਂ ਤੇ ਘਰ ਬੋਲਦਾ ਮੈਨੂੰ ਬੋਲਣ ਨਹੀਂ ਦਿੰਦੇ, ਮੈਂ ਤੇ ਬਾਹਰ ਲੱਭਦਾ ਫਿਰਦਾ ਮੇਰੇ ਕੋਲ ਕੋਈ ਗਿਆਨ। ਦੇਖਿਓ ਅੱਜ ਬੰਦੇ ਦਾ ਗਿਆਨ ਵਿਛੜ ਡਿਆ, ਕਈ ਬੰਦੇ ਫਿਰ ਆਣ ਕੇ ਸਾਰਾ ਗਿਆਨ ਸਾਡੇ ਤੇ ਲੱਦਣ ਦੀ ਕੋਸ਼ਿਸ਼ ਕਰਦੇ। ਬਹੁਤ ਇੱਦਾਂ ਦੇ ਬੰਦੇ ਸਾਨੂੰ ਮਿਲਦੇ ਆ, ਉਹਨੂੰ ਕਹਿੰਦਾ ਭਰਾਵਾ ਥੋੜ੍ਹਾ ਬਹੁਤਾ ਘਰ ਵੀ ਬੋਲਿਆ ਕਰ, ਕਹਿੰਦਾ ਜੇ ਘਰ ਬੋਲਦਾ ਤਾਂ ਕੋਈ ਤੇਰਾ ਸਿਰ ਕਿਉਂ ਖਾਣਾ ਸੀ? ਘਰ ਅਗਲੇ ਬੋਲਣ ਨਹੀਂ, ਹਾਲਾਤ ਇਹ ਬਣੇ ਪਏ ਨੇ ਸਾਡੇ ਕਿ ਅੱਜ ਅਸੀਂ ਆਪਣੇ ਆਪ ਨੂੰ ਘੱਟ ਸਮਝਣ ਨੂੰ ਤਿਆਰ ਨਹੀਂ। ਬਿਮਾਰੀ ਬੰਦੇ 'ਚ ਹੋਵੇ ਨਾ, ਸ਼ੂਗਰ ਹੋਵੇ, ਬੰਦਾ ਸਵੀਕਾਰ ਕਰਦਾ, ਜਾਂਦੇ ਅਗਲਾ ਚਾਹ ਫਿੱਕੀ ਬਣਾਏ ਵੀ ਕੱਲ੍ਹ ਚੈੱਕ ਕੀਤੀ, ਇਹਦੇ ਅੱਜ ਸਵੇਰੇ ਫਿਰ ਚੈੱਕ ਕਰਕੇ ਆਇਆ ਚਾਹ ਫਿੱਕੀ, ਇਹਦਾ ਮਤਲਬ ਬੰਦਾ ਮੰਨ ਗਿਆ ਵੀ ਮੇਰੇ 'ਚ ਹੈਗੀ ਹੈ ਕਮੀ, ਮੈਨੂੰ ਮਿੱਠਾ ਖਾਧਾ ਤਾਂ ਫੇਵਾ ਜਾਣੀ। ਕਦੀ ਇਹ ਵੀ ਮੰਨੇ ਘਰ ਤੋਂ ਥੋੜ੍ਹੀ, ਕਦੀ ਇਹ ਵੀ ਸਵੀਕਾਰ ਕਰੇਗਾ ਵੀ ਮੇਰੇ ਕੋਲ ਮਤ ਥੋੜ੍ਹੀ, ਉਹ ਤਾਂ ਪਹਿਲੇ ਉੱਛੜੀ ਸਭ ਤੋਂ ਪੂਰਾ, ਪੜੋ ਜੀ ਸਭ ਤੋਂ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ ਆਪਣੇ ਆਪ 'ਚ ਪਹਿਲੇ। ਹੁਣ ਜਿਹੜੇ ਭਾਂਡੇ 'ਚ ਪਹਿਲੇ ਸਭ ਕੁਝ ਪਿਆ ਸਲਾ ਸਕਦੇ ਉਹ 'ਚ ਹੋਰ ਕੀ ਪਾਓਗੇ? ਮਾੜਾ ਜਿਹਾ ਭਾਂਡਾ ਹੁੰਦਾ ਹੋਊਗਾ ਤਾਂ ਪਾਊਗਾ ਉਹਦੇ ਵਿੱਚ, ਭਾਂਡਾ ਤਾਂ ਪਹਿਲਾਂ ਨੱਕੋ ਨੱਕ ਭਰਿਆ ਪਿਆ। ਹੁਣ ਮਹਾਰਾਜ ਨੇ ਆਖਿਆ ਜਿਹੜਾ ਠਾਕੁਰ ਹਮ ਅਗਿਆਨ, ਅਸੀਂ ਅਗਿਆਨਤਾ ਨਾਲ ਭਰੇ ਪਏ, ਹਮ ਅਗਿਆਨ ਅਲਪ ਮਤ ਥੋਰੀ। ਮਾਲਕ ਜੀ ਸਾਡੀ ਅਗਿਆਨਤਾ ਵੱਲ ਨਾ ਵੇਖਿਓ, ਜਦੋਂ ਫੈਸਲਾ ਕਰਨਾ ਤੂੰ ਮਾਂ ਆਪਣੇ ਵਿਰੁੱਧ ਦਿਖਾਓ, ਆਪਣੇ ਸੁਭਾਅ ਵੱਲ ਵੇਖਿਓ, ਫੈਸਲਾ ਕਰਨ ਲੱਗਿਆ ਆਪਣਾ ਸੁਭਾਅ ਵੇਖਿਓ, ਸਾਡੇ ਵੀ ਤਾਂ ਗੁਣ ਹੀ ਕੋਈ ਨਹੀਂ, ਅਸੀਂ ਅਗਿਆਨਤਾ ਨਾਲ ਭਰੇ ਪਏ। ਜੇ ਕਿਤੇ ਰੱਬ ਨੇ ਸਾਨੂੰ ਸਾਡਿਆਂ ਕੰਮਾਂ ਵੱਲ ਵੇਖ ਕੇ ਦੇਣਾ ਹੋਵੇ, ਸਾਸ਼ਾ ਜੀ ਮੈਨੂੰ ਲੱਗਦਾ ਵੀ ਕੋਈ ਬੰਦਾ ਵਧੀਆ ਰੋਟੀ ਖਾ ਸਕੇ, ਉਹ ਸੁਭਾਅ ਆਪਣਾ ਹੀ ਵੇਖਦਾ ਜਦੋਂ ਫੈਸਲੇ ਕਰਦਾ ਨਾ, ਫੈਸ ਸੁਭਾਅ ਆਪਣਾ ਵੇਖਦਾ, ਸਾਡੇ ਵੱਲ ਥੋੜ੍ਹਾ ਵੇਖਦਾ ਵੀ ਕਿਹਨੇ ਅੱਜ ਮੇਰਾ ਪਾਠ ਕੀਤਾ, ਕਿਹਨੇ ਅੱਜ ਮੇਰਾ ਨਾਂ ਲਿਆ, ਕਿਹਨੇ ਮੇਰੀ ਬੰਦਗੀ ਕੀਤੀ, ਮੈਂ ਉਹਨੂੰ ਰੋਟੀ ਦੇਣੀ, ਉਹ ਤਾਂ ਉਹਦਾ ਤਾਂ ਸੁਭਾਅ ਦੇ ਹੀ ਜਾਣਾ ਉਹਨੇ, ਉਹ ਬਿਰਦਾ ਉਹਦਾ ਬਿਰਦੀ ਏਦਾਂ। ਹੁਣ ਸਾਹਿਬ ਨੇ ਕਿੱਡੀ ਕੀਮਤੀ ਗੱਲ ਕਹੀ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਓ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ। ਹੁਣ ਜਿਹੜੇ ਸੱਜਣ ਬਣਾਏ ਨੀ ਇਹਨੂੰ ਸੁਹੇਲੇ, ਸੁਹੇਲੇ ਦਾ ਅਰਥ ਸੁੱਖ ਦੇਣ ਵਾਲੇ, ਰੱਖੋ ਗੱਲਾਂ ਨੇ ਬਾਣੀ ਨਾਲ। ਸਾਹਿਬ ਨੇ ਪੁੱਛਿਆ ਸੀ ਮਹਾਰਾਜ ਤੁਸੀਂ ਸਰੀਰਕ ਤੌਰ ਤੇ ਸਾਡੇ ਕੋਲੋਂ ਜਾ ਰਹੇ ਹੋ, ਸਿੱਖ ਕਰੂਗਾ ਕੀ? ਕਹਿੰਦੇ ਜਦੋਂ ਸਿੱਖ ਬਾਣੀ ਪੜ੍ਹੇ ਜਦੋਂ ਕੁਝ ਮੈਂ ਗੁਰੂ ਨਾਲ ਗੱਲਾਂ ਕਰ ਰਿਹਾ, ਜਦੋਂ ਸਿੱਖ ਬਾਣੀ ਪੜ੍ਹੇ ਉਹਨੂੰ ਇੰਝ ਲੱਗੇ ਜਿਵੇਂ ਮੈਂ ਗੁਰੂ ਨਾਲ ਗੱਲਾਂ ਕਰ ਰਿਹਾ। ਤੁਸੀਂ ਵਿਸ਼ਰਾਮ ਲਾ ਲਾ ਕੇ ਇਹ ਰੁਕ ਰੁਕ ਕੇ ਬਾਣੀ ਪੜ੍ਹੋ, ਤੁਹਾਨੂੰ ਇੰਝ ਲੱਗੇਗਾ 35 ਦੇ 35 ਮਹਾਂਪੁਰਖ ਤੁਹਾਡੀਆਂ ਗੱਲਾਂ ਦਾ ਜਵਾਬ ਦੇ ਰਹੇ ਨੇ। ਤੁਸੀਂ ਕਿਸੇ ਡੇਰੇ ਜਾਓਗੇ, ਤੁਸੀਂ ਉਸਦਾ 200 ਮੀਲ ਸਫ਼ਰ ਤੈਅ ਕਰਕੇ ਜਾਓ, ਜਾ ਕੇ ਜੇ ਅਸੀਂ ਮਿਲਣਾ ਚਾਹੁੰਦੇ ਹਾਂ ਉਹ ਕਹਿੰਦੇ ਉਹਦੇ ਆਰਾਮ ਕਰ ਰਹੇ ਹਾਂ, ਪਰ ਇੱਥੇ ਰਾਤ ਦੇ 1 ਵਜੇ ਵੀ ਆਓਗੇ, ਰਾਤ ਦੇ 2 ਵਜੇ ਆਓਗੇ, ਚੁੱਗੁਰ ਮਾਲਾ ਕਰੋ ਦਰਸ਼ਨ, 35 ਮਹਾਂਪੁਰਖ ਤੇਰੇ ਸਵਾਲਾਂ ਦੇ ਜਵਾਬ ਦੇਣ ਲਈ ਬੈਠੇ, ਤੂੰ ਜਵਾਬ ਲੈਂਦਿਆਂ ਥੱਕ ਜਾਣਾ, ਇੱਥੇ ਜਵਾਬ ਦਿੰਦਿਆਂ ਥੱਕਣਾ ਨਹੀਂ, ਹਰ ਸਵਾਲ ਦਾ ਜਵਾਬ ਬਾਣੀ 'ਚ ਹੈ। ਪਰ ਇਹਦੇ ਵਾਸਤੇ ਫਿਰ ਗੱਲ, ਉਹ ਤੈਨੂੰ ਭਾਸ਼ਾ ਆਉਣੀ ਚਾਹੀਦੀ, ਤੈਨੂੰ ਪੜ੍ਹਨਾ ਆਉਣਾ ਚਾਹੀਦਾ, ਇਹਦੇ ਵਾਸਤੇ ਸਮਾਂ ਕੱਢਣਾ ਪੈਣਾ, ਆਪ ਬਾਣੀ ਪੜ੍ਹੋ, ਆਪ ਵਿਚਾਰੋ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਕੋਈ ਵਿਚੋਲਾ ਨਹੀਂ ਵਿੱਚ ਨਾ।
सिख ने श्रद्धा गुरु के सांझ पाउनी। जो श्री बाणी पढ़ा गया है हल्का हो गया, जिम्मे बंदा इशनान करके फ्रैश नहीं होता, जो बंदा बाणी को समझ आना हल्का हो गया तुरै फिर लोग नहरा के नारे सुट रहे, लोग धागे बने फिरते, लोग तवीत बने फिरते, लोग चंकर मकर चक्कर च पे ने। जो सिख हौला हो जाता ना उन्होंने वेख के लागे नहीं लगता बाबा मैंने इन्होंने फटिया कमां तो तू बचा देता है, नहीं तो अगर मैंने भी अद्धी रात उठ के नारे सुटने पे हो रहा। समाज इदा के कर्मकांड लोग करते पे ने, इन्हों कर्मकांडा तो इन्हू तो आख्या भूले मार्ग जिन्हें बताया यो ही भुलिया जाते सही रस्ते पाता मेरे मालिक ने। हुण साहब ने बड़ी कीमती गल कही, तुमरी शरण तुम्हारी आसा तुम ही सजण सुहेले रखो राखणहार दयाला नानक तेरे घर का गुलाम मेरे ठाकुर रख ले कृपा तारी कोट मधे को बिरला सेवक ते बाकी होर सगले व्यवहारी ते महाराज ने बाकी व्यारी कबीर काम परे हर सिमरी है। जो काम पैदा बड़ा बंदा चेते करता रब जी आ सुखना यो ही है। आज 40 दिन शब्द पढ़ो मुकदमा जितया जाऊ, आ इन्ने दिन शब्द पढ़ो तुहाडे घर पुत हो जाऊ, आ इन्ने दिन शब्द पढ़ो तुहाडा कारोबार चलन लग पो। यह अर्थ ही है जो तो मेरा कारोबार चल गया फिर मैंने शब्द की लड़ नहीं ना, यद अर्थ तो यही होया ना। जो कारोबार सैट हो गया उदो शब्द की लड़ नहीं। साहब जी तो बाणी ये कहती है कि बाणी हर वक्त सिख ने पढ़नी, इस तो बिना साडा गुजारा ही नहीं। एक सू सुखना दे लाता आ शब्द इन्नी बार पढ़ोगे, आ शब्द को इन्नी बार पढ़ोगे तो आ मसला हर हो जाए। ये सौदेबाजी महाराज नहीं आख्या काम परे हर सिमरी है। काम पैदा तो रब चेते आ कभी प्लेन जाके देखना है सारी गलत बात आपको भी नहीं करना। जो माड़ा जहाँ कितने वैदर की प्रॉब्लम हो ना पता है चले सारे मलेशिया एयरलाइन चेते आ गया हाई रबा विह रखे पिछले टाइम से पहुँच जावे तो घटना नहीं वापर जाए। ड्राइवर पंजाब चलो मैं बसा वाल देखता हूँ सारे अपनी मस्ती से गल्ला कर जो अभी कॉलेज तो कई बार घर जाइए ना कई बार नोट करीदा सारे आपको अपन गल् मारते माड़ा जहाँ कितने ड्राइवर का कितने कितने अख ला गई जो बस ए सारे है वैगुरु महाराज टाइम सिर्फ 40 साल सब गलो हूँ वैगुरु कितों आ गया 5 मिनट है। यह सू दुख वेले चेते आता पुत के विह वे चेते आ जो रात सारे नचते टपते चेते हों रात माड़ी जी लड़ाई हो जाए फिर दस कर लग पे महाराज सुख सुखना नेचर चलते कुड़म लड़ पे रातों रात फुफर न्याण का लड़ पिया रातों सू दुख दारू ता ही क्या जो माड़ा जहा झटका लगता असं लंबे पे आने गुरुद्वारे जो खुशी आती सू उदो चेता हों रब ग्रंथी प्रचार कर सुनिया हूँ भी रब चेते कर लो नहीं जी ये खुशी खुशी के माहौल ने यह खुशियां कि रोज रोज थोड़ा साढ़े को कबीर काम परे हर सिमरिए जो काम पैदा तो रब चेते करी रहा। बाबा कबीर जी कहते जे तू बिना काम तो चेते करे रब मैं पहला ना बच गया भी पुत को तुम काम कहो तो पुत कहे पहला $5 दो 10 दो आ दो फिर करा तुम गुस्सा जो नहीं आता अपने पुत भी हर जो भी सौदेबाजियां करना जो रिश्तेदार भी सानू लोड़ पैण से याद करे आप समझ आ जाती ना ये स्वार्थी आ ये मतबल खोरा बंदा जो काम होता सू फोन करता तो जरा रब नहीं पता गुरु नहीं पता भी अगों पिछों से कभी आता नहीं अभी दरिया साफ कर लिया को काम होना अज आपे जोड़े झड़ी जाता आपे सेवा करी जाता। महाराज ने कहते आह काम छड़ तू मेन काम दस आया कि काम तो फिर निकल जाती गल कि महाराज काम तो आया से कहता फिर गल दिया मेन काम चाहिए तेन बाकी सारा उतला पुतला काम ही है स्वार्थ खुद कर जी। साहब ने पानी आख्या एक अपने सवाए मता सोचो बंदा बंदे मतलब वास्ते वरता स्वार्थ लोग गुरु की वरतों भी स्वार्थ वास्ते करते हैं। एक अपने सवाए एक अपने स्वार्थ वास्ते आए बहन गुरे आ गए एक अपने स्वार्थ वास्ते गुरु के कोल आके बह जाते हैं किवें भला महाराज ज्यों बगल समाध लगाई है जिमें बगला समाधि ला के बहता तो लोग कहते बल्ले बल्ले बड़ा भगत है महाराज कहते काम कढ़ाने अपना एवं ना प्रभावित हो जाए तो ये अपना काम कढ़ाने साप कुंज छोड़े बिख नहीं छड़े सप सप की स्किन लह जाती है उत्तों चमड़ी कुंज लह जाती है कहते वो कुंज लत्ती वेख के मता सोचे भी गैर छड़ दिता उन्हें बंदा भी कुंजा ही लगा
ਬੜੀਆਂ ਕੁੰਜਾਂ ਪਾਈਆਂ ਨੇ। ਪਹਿਲਾਂ ਫਲਾਣੇ ਬਾਬੇ ਨੂੰ ਮੰਨਦਾ ਉਹ ਕੁੰਜ ਲਾ ਕੇ ਦੂਜੀ ਕੁੰਜ ਪਾ ਲੈਂਦਾ। ਕਈ ਤਾਂ ਪਾਰਟੀਆਂ ਦੀਆਂ ਵੀ ਕੁੰਜਾਂ ਪਾਈ ਕਰਦੇ ਨੇ। ਤੱਕ ਸਤਨਾ ਪਾਰਟੀ ਦੀ ਵੀ ਕੁੰਜ ਲਾ ਕੇ ਫਲਾਣੀ ਪਾਰਟੀ 'ਚ ਮਿਲ ਕੇ ਦੂਜੀ ਪਾਰਟੀ 'ਚ ਜਦੋਂ ਕੁੰਜ ਲਾਉਂਦਾ ਨਾ ਉਦੋਂ ਨੂੰ ਸਰੋਪਾ ਵੀ ਦਿੱਤਾ ਜਾਂਦਾ। ਸਾਡੇ ਸਮਾਜ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਸਰੋਪੇ ਕਾਹਦੇ। ਅਕਾਲੀਆਂ ਨੂੰ ਛੱਡ ਕੇ ਕਾਂਗਰਸ 'ਚ ਆਇਆ ਸਰੋਪਾ, ਕਾਂਗਰਸ ਛੱਡ ਕੇ ਅਕਾਲੀ 'ਚ ਆਇਆ ਸਰੋਪਾ, ਕਾਂਗਰਸ ਛੱਡ ਕੇ ਆਮ ਪਾਰਟੀ 'ਚ ਆਇਆ ਸਰੋਪਾ। ਇੰਨਾ ਨਹੀਂ ਨਾ ਕਰ ਦਿੱਤਾ ਸਰੋਪਾ, ਇੰਨਾ ਨਹੀਂ ਨਾ ਤੁਸੀਂ ਸਰੋਪ। ਵੈਸੇ ਉਹ ਵੀ ਬੜੇ ਸਿਆਣੇ, ਪਤਾ ਉਹਨਾਂ ਨੂੰ ਹੁੰਦਾ ਵੀ ਜੇ ਇੰਨਾ ਲੰਬਾ ਸਮਾਂ ਉਸ ਪਾਰਟੀ 'ਚ ਰਹਿ ਕੇ ਉਹਦਾ ਨਹੀਂ ਬਣਿਆ ਤਾਂ ਬਣਨਾ ਇਹਨੇ ਬੋਲ ਕੇ ਦੱਸੋ ਇੱਕ ਵਾਰ ਸਾਡਾ। ਉਹ ਵੀ ਫਿਰ ਅੰਦਰ ਤੇ ਰਾਜ ਨਾ ਕਰਦੇ ਉਹਦੇ 'ਚ ਇੰਨੇ ਸਾਲ ਉਸ ਪਾਰਟੀ ਨੂੰ ਰਹਿ ਕੇ ਸਾਡੇ ਕੋਲ ਆ ਗਿਆ, ਕੀ ਪਤਾ ਕੱਲ੍ਹ ਨੂੰ ਸਾਡੀਆਂ ਨੇ ਅੰਦਰ ਦੀਆਂ ਰਿਪੋਰਟਾਂ ਉੱਧਰ ਜਾ ਕੇ ਦੇ ਲਏ। ਪਰ ਸਾਡੇ ਸਰੋਪੇ ਤਾਂ ਬਹੁਤ ਸਸਤੇ ਕਰਦੇ, ਟਰਾਲੀਆਂ ਭਰੀਆਂ, ਬੱਸਾਂ ਭਰੀਆਂ, ਜਿੱਥੇ ਮਰਜ਼ੀ ਗਾ ਜਿਹੜੇ ਮਰਜ਼ੀ ਪਾ ਲਓ, ਬੜਾ ਸੌਖਾ ਕੰਮ ਹੈ, ਬੜਾ ਹੀ ਸੌਖਾ ਕੰਮ। ਗੁਰੂ ਨੇ ਕੋਈ ਨੁਕਤਾ ਦਿੱਤਾ ਸੀ, ਗੁਰੂ ਨੇ ਕੋਈ ਵਿਚਾਰ ਦਿੱਤੀ ਸੀ, ਉਹ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਭੁਲਾ ਕੇ ਬੈਠ ਗਏ ਹਾਂ। ਵਾਪਸ ਪਰਤੋਂ ਜਿਹੜੀ ਸਾਹਿਬ ਨੇ ਗੱਲ ਆਖੀ ਹੈ, ਹੇ ਇਨਸਾਨ ਸਵਾਰਥ ਵਾਸਤੇ ਨਹੀਂ, ਇੱਕ ਆਪਣੇ ਸਵਾਏ ਆਏ ਬਹਿਮ ਗੁਰੇ ਆ ਗਿਆ ਜੋ ਬਗਲ ਸਮਾਨ ਲਗਾਈਏ, ਇੱਕ ਆਪਣੇ ਸਵਾਰਥ ਵਾਸਤੇ ਗੁਰੂ ਕੋਲ ਆਣ ਕੇ ਬਹਿੰਦਾ, ਗੁਰੂ ਨੂੰ ਪਰਵਾਹ ਨਹੀਂ ਐਸਾ ਇਨਸਾਨ। ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਕਈਆਂ ਦੀ ਦੋਸਤੀ ਵੀ ਇੱਦਾਂ ਦੀ ਹੁੰਦੀ ਹੈ ਜਿੰਨੀ ਦੇਰ ਤੁਹਾਡੀ ਪਾਕਟ ਵਿੱਚ ਪੈਸੇ ਦੋਸਤੀ ਪੱਕੀ, ਤੁਹਾਡੀ ਜੇਬ ਖਾਲੀ ਤੇ ਜਿੰਨਾ ਉਹਨੇ ਤੁਹਾਡੇ ਬਾਰੇ ਗੰਦ ਬੋਲਣਾ ਕਿਸੇ ਹੋਰ ਨੇ ਬੋਲਣਾ, ਕਿਉਂਕਿ ਉਹਨੂੰ ਤੁਹਾਡੇ ਬਾਰੇ ਸਾਰਾ ਕੁਝ ਪਤਾ। ਜਿੱਦਣ ਕਿਸੇ ਨਾ ਹੋਈ ਤੇ ਇੱਦਣ ਬੋਲਣ ਗੰਦ, ਦੁਸ਼ਮਣ ਨੂੰ ਤੁਹਾਡੇ ਬਾਰੇ ਕੀ ਪਤਾ, ਉਹਨੂੰ ਤੁਹਾਡੇ ਬਾਰੇ ਕੁਝ ਨਹੀਂ ਪਤਾ, ਉਹਨੂੰ ਸਾਰਾ ਕੁਝ ਪਤਾ, ਉਹਨੂੰ ਤੁਹਾਡੀਆਂ ਕਮਜ਼ੋਰੀਆਂ ਦਾ ਵੀ ਪਤਾ ਤੁਹਾਡੇ ਬਾਰੇ ਬਹੁਤ। ਡੋਗਰਿਆਂ ਨੂੰ ਸਾਰਾ ਕੁਝ ਪਤਾ ਸੀ, ਸ਼੍ਰੀ ਪੰਜਾਬ ਦੇ ਵਿੱਚ ਰਹੇ, ਤਿੰਨਾਂ ਤਿੰਨਾਂ ਰੁਪਈਆਂ ਦੇ ਭਰਤੀ ਹੋਏ, ਜਦੋਂ ਸ਼ੇਰੇ ਪੰਜਾਬ ਅੱਖਾਂ ਬੰਦ ਕਰਦੇ ਤੇ ਪੰਜਾਬ ਦੇ ਮਾਲਕ ਬਣ ਦਾ ਦਾਅਵਾ ਪੈ ਕਰਦੇ ਨੇ, ਉਹ ਮਰੇ ਨੇ ਡੋਗਰੇ, ਅੱਜ ਵੀ ਨੇ, ਰੂਹਾਂ ਹੀ ਬਦਲਦੀਆਂ ਨੇ ਬਸ, ਬਾਹਰਲੇ ਰੂਹ ਬਦਲਦੇ ਨੇ। ਖੈਰ, ਮੇਰੇ ਠਾਕੁਰ ਰੱਖ ਲੈ ਉਹ ਕਿਰਪਾ ਥਾਰੀ, ਕੋਟ ਮਧੇ ਖੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ ਕਬੀਰ, ਕਾਮ ਪਰੇ ਹਰ ਸਿਮਰੀ ਹੈ। ਕੰਮ ਪੈਣ ਤੇ ਰੱਬ ਚੇਤੇ ਕਰਨ ਵਾਲਿਆ, ਬਿਨਾਂ ਕੰਮ ਤੋਂ ਵੀ ਕਿਤੇ ਪਰਮਾਤਮਾ ਨੂੰ ਚੇਤੇ ਕਰਕੇ ਵੇਖ ਬਾਬਾ ਕਬੀਰ ਜੀ ਕੀ ਹੋਏਗਾ। ਕਹਿੰਦੇ ਸੁਣੋ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰ ਬੇਤਾ, ਜਿਹੜੇ ਲੋਕ ਮਰਨ ਤੋਂ ਬਾਅਦ ਸਵਰਗ ਦੀ ਇੱਛਾ ਲਾ ਕੇ ਬੇਟੇ, ਪਤਾ ਨਹੀਂ ਮਰਨ ਤੋਂ ਬਾਅਦ ਸਵਰਗ ਹੈ ਕਿ ਨਹੀਂ ਹੈ, ਬੰਦਾ ਹੀ ਕੇ ਸਵਰਗ ਵਾਲਾ ਜੀਵਨ ਬਤੀਤ ਕਰੇਗਾ ਜੇ ਬਿਨਾਂ ਮਤਬਲ ਤੋਂ, ਬਿਨਾਂ ਸਵਾਰ ਤੋਂ ਰੱਬ ਚੇਤੇ ਕਰਨ ਦੀ ਆਦਤ ਪੈ ਜੇ ਤਾਂ। ਹਰ ਗਿਆ ਬਹੋਰੇ ਬਿੱਤ, ਕਹਿੰਦੇ ਖਜ਼ਾਨੇ ਨੂੰ, ਜਿਹੜਾ ਖਜ਼ਾਨਾ ਗੁਣਾ ਦਾ ਤੇਰੇ ਕੋਲ ਜਾ ਚੁੱਕਾ, ਤੂੰ ਵਾਪਸ ਮੋੜ ਕੇ ਲਿਆ ਸਕਦਾ ਜੇ ਤੂੰ ਬਿਨਾਂ ਸਵਾਰ ਤੋਂ ਰੱਬ ਨੂੰ ਚੇਤੇ ਕਰੇ। ਕਿਰਿਆਚਾਰ ਕਰੇ ਖੱਟ ਕਰਮਾ, ਸਵਾਰਥੀ ਲੋਕ ਬਾਹਰੀ ਤੌਰ ਤੇ ਪਾਠ ਵੀ ਕਰਦੇ, ਪੂਜਾ ਵੀ ਕਰਦੇ, ਨਮਸਕਾਰਾਂ ਵੀ ਕਰਦੇ। ਕਿਰਿਆਚਾਰ ਦਾ ਅਰਥ ਹੈ ਛੇ ਪ੍ਰਕਾਰ ਦੀਆਂ ਰਸਮਾਂ, ਪਾਠ ਕਰਨਾ, ਇਸ਼ਨਾਨ ਕਰਨਾ, ਦਾਨ ਕਰਨਾ, ਪੁੰਨ ਕਰਨਾ, ਏਦਾਂ ਦੇ ਛੇ ਪ੍ਰਕਾਰ ਦੇ ਕਰਮ ਬ੍ਰਾਹਮਣ ਨੇ ਲਿਖੇ ਹੋਏ। ਕਿਰਿਆਚਾਰ ਕਰੇ ਖੱਟ ਕਰਮਾ, ਇੱਧਰ ਤੇ ਸੰਸਾਰੀ, ਸੰਸਾਰੀ ਲੋਕ ਇਹਨਾਂ ਕੰਮਾਂ 'ਚ ਫਸੇ ਪਏ ਨੇ, ਪਰ ਇਹਨਾਂ ਕੰਮਾਂ ਨਾਲ ਮਾਰੇ ਕਹਿੰਦੇ ਅੰਤਰ ਮੈਲ ਨਾ ਉਤਰੇ ਹਉਮੈ, ਇਹਨਾਂ ਸਰੀਰ ਦੇ ਤਲ ਉੱਪਰ ਕੀਤੇ ਹੋਏ ਕੰਮਾਂ ਨਾਲ ਅੰਦਰ ਦੀ ਮੈਲ ਨਹੀਂ ਉਤਰਨੀ। ਅੰਤਰ ਮੈਲ ਨਾ ਉਤਰੇ ਹਉਮੈ, ਬਿਨ ਗੁਰ ਬਾਜੀ ਹਾਰੀ, ਬਾਜੀ ਹਾਰੀ। ਇੱਕ ਵਾਰ ਸਾਰੇ ਕੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਬਿਨਾਂ ਗੁਰੂ ਤੋਂ ਜ਼ਿੰਦਗੀ ਦੀ ਬਾਜੀ ਹਾਰ ਜਾਏਗਾ ਪਿਆਰਿਆ। ਆ ਸਰੀਰ ਦੇ ਤਲ ਉੱਪਰ ਕੀਤੇ ਹੋਏ ਕਰਮਾਂ ਨਾਲ ਤੇਰਾ ਮਨ ਸਾਫ਼ ਨਹੀਂ ਹੋਣਾ। ਅੰਤਰ ਮੈਂ ਹੁਣ ਅੰਦਰ ਮੈਂ, ਹਿਰਦੇ ਕਪਟ ਮੁਕ ਗਿਆਨੀ, ਝੂਠੇ ਕਹਾਂ ਬਿਲੋ ਉਸ ਪਾਨੀ, ਕਾਇਆ ਮਾਂਜ ਸਕਾਉਣ ਗੁਨਾ, ਜੋ ਭੀਤਰ ਹੈ ਮਲਣਾ। ਕਾਇਮ ਮਾਂਜਸ ਕੀ, ਬਾਹਰੋਂ ਕਾਇਮ ਮਾਂਜੀ ਜਾਣਾ, ਮੈਲ ਦੇ ਅੰਦਰ ਡਿੱਗੀ ਹੋਈ ਹੈ, ਮਨ ਦੇ ਅੰਦਰੋਂ ਮੈਲਾ ਬਾਹਰੋਂ ਮਾਂਜਣ ਦੇ ਜ਼ੋਰ ਦਿੱਤਾ ਹੋਇਆ, ਬਾਹਰੋਂ ਸ਼ਰਾਨੀ ਬਣਿਆ ਪੜਦਾ। ਅੰਤਰ ਮੈਲ ਜੇ ਤੀਰਥ ਨਾਵੈ, ਅੰਦਰ ਮੈਲ ਜੇ ਤੀਰਥਾਂ ਦੇ ਨਾਵੈ, ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਨਿਆਣਾ। ਰੱਬ ਕਿਤੇ ਨਿਆਣਾ ਥੋੜ੍ਹਾ, ਜਿਵੇਂ ਨਿਆਣੇ ਨੂੰ 10 ਮਿੰਟ ਆਪਣੇ ਵੱਲ ਧਿਆਨ ਖਿੱਚ ਲੈਂਦਾ, ਉਹਨੂੰ ਕੋਈ ਚੀਜ਼ ਦੇ ਕੇ, ਬੰਦਾ ਵੀ ਤਾਂ ਰੱਬ ਨੇ ਇੱਥੇ ਕਰ ਰਿਹਾ।
तीर्थ नहावण जा असली तीर्थ स्थान आ से तीर्थ नहावण जाओ तीर्थ नाम है आ असली तीर्थ स्थान तीर्थ शब्द विचार जो सिर घर बह के रब दिया गल करता ना वह भी तीर्थ स्थान ही हो गया। वैसे बाणी में जो तीर्थ स्थान गुरु को आके जो बाणी के मुताबिक तीर्थ स्थान है तीर्थ वह गुरबाणी है। बाकी थावां ते सिख जांदा सी पाणी दीआं लोड़ां सी उस वक्त दूजा सी जात पात दा वहम सी समाज विच बाणी गुर समान तीर्थ नहीं कोई सतगुर तीर्थ छड कै समाज गुरु तीर्थ छड बैठा अठ सठ तीर्थ नहावण जाही बाहर नहाउंदा फिरदा गुरु सरोवर दे कोल आउंदा ही नहीं। गुरु सरोवर विच मैं इशनान करना पाणी विच ताकत नहीं हैगी सतसंग जी अंदर दी मैल ला सकदे मैं नहीं करा सतगुरु दी बाणी कहिंदी पाणी विच ताकत है नहीं पानी चित न धोपई पानी भी चित साफ कर सकता हूँ मैला तो मेरा चित वा पानी को ताकत है मेरा चित साफ करने वो तो मेरा गुरु साफ करो पानी चित न धोपई पानी का की काम है मुख पीते तिख जाए पानी तो प्यास बुझा सकता थोड़ी बस पानी की कर सकता जी प्यास बुझा सकता प्यास बुझा पानी थोड़ी मैल बुझा सकता तो साडा समाज की कर रहा भला बोलो सास मेरी पानी पानी ना ही मैल ला रहा साडे बाबे आ गया साडे डेरे स्नान करो सदे सतगुरु साडे डेरे पंच स्नान करो पुत लै दो साडे डेरे इन्ने स्नान करो आ लै दो साडे डेरे आ करो साडे भजे फिरते उस वेले असीं तुरे फिरते गुरु सरोवर तक आए नहीं गुरु सरोवर तक पहुंच नहीं की गुरु जी की कहते हैं नावण चलने तीरथी तुर पे तीर्था दे नाम मन खोटे मन विच खोट सी तन दा चोर सी आ तुसीं कदे नोट कीता सरोवरां दे कंढे ते गई बापा कपड़े सुकणे पाए हुंदे बाज टावर नहीं लाउंदा उह टावर नूं कदे पैर थोड़ा लगे वह घरों अगले सलाह करके जाते भी जरा पिछली पुनिया से लगता से पुराना हो गया नवा लिया अगले प्रबंधक ने खिचड़ी करके बनाए भला उन्होंने पता भी सारे साधु थोड़ा आ रहे मैं कई आज जोड़े घर बनते कहते नहीं भला अगले नंबर देंगे कई बंदे जुती पाते फड़े जाते हैं वो कहते भुलेखा ला गया कि बंद मैं पता जी मैं घरों चपला पा गया कि जुती पा गया भुलेखे भी ये पेंदे पा के चपला आता तो बाटा भी पा के लगता भुलेखे भी चंगे पेंगे कभी किसी बंद ने इतना भुलेखा पे बंद आया बी एम तो हो तो मुड़के लै जाए माड़ी जी दर लेने की कार जी 2000 डॉलर वाली होता है भुलेखा भी बंद ने यो पता भी आया चपला पा के जती सी पा के 200-300 डॉलर भी पा के चल बस भुलेखा ला गया मैं कभी इन्हें भी भुलेखा लगा कभी भी तुम बहुत सोहनी जुती पा के आया चपला पा के घर लेगा योजे भुलेखे फिर मापे भी कहते मेरे पुत जुग जुग भुलेखे पैने भी घाटा थोड़ा पैदा नफे वाले घाटे पेंगे नफे वाले जड़े भुलेखे पेंगे यो मन खोटे तन चो फिर खोटे गुरु सरोवर इनान करो महाराज कहते हैं अंतर मैल न उतरे मैं बेन कुर बाजी हारी शास्त्र वेद सिमरत सब सोदे सब एका बात पुकारी वाई शास्त्र वेद सिमरत सब सोदे सारे शास्त्र वेद सिमरत सब सोद के देख ले सारे एक ही गल कहते हैं एको जी विचार कर सारे की कड़ी भला वेद की पुत्री सिमरत की भाई संकल जेल भी लै आए इन्हें समाज में जंजीर च बन दिता वेदा ने शस्त्रा ने सिमरतियां ने भी आह करोगे तो आह मिलेगा आह करोगे तो आह मिलेगा सब एको बात पुकारी सारे एको जी गल मिलवी गल दसते हैं एको जी राय दसते वेद की पुत्री सिमरत की भाई तो साढ़े वे वे नेता जो दूजे खुश कर ली वोटा लैनिया ना कहते गुरबाणी वेदा का ही सार है जी की आते जी भला बोल के दसो सा सकते जी बाणी वेदा क्योंकि उन्होंने पता इन्हें मैं वोटा लैनिया वो वेदा वेदा का सार नहीं बाणी एक निरोल काल पुरख की उस्तत है वेदा शास्त्र या सिमरतियों में की है पढ़ के वेखो मैं नहीं कह रहा बाणी कहती है वेद की पुत्री वेदा में सिमरतियां निकलिया सन उन्होंने जी मनु की सिमरती सी उन्हें कहा औरत पैर की जुती तक कह दिता उन्हें कहा पशु ढोल शूदर नारी उन्हें इन्हों डंडा पैदा रहे तांगर बनती है जड़िया विचार होते औरत को तो इंसान मनने तैयार नहीं सी साडे विद्वान साडे वड़े वड़े राजनीतिक लोग साडे वड़े वड़े जथेदार बोलन लगे मासा भी शर्म नहीं करते कि वेदा का सार गुरबाणी गुरबाणी निरोल कार पुरख की उस्तत है
ਨਰੋਲ ਕਾਰਪੁਰਖ ਦੀ ਮਹਿਮਾ 'ਚ ਬਾਣੀ ਉਚਾਰਨ ਕੀਤੀ ਹੈ। ਗੁਰਬਾਣੀ ਉਚਾਰਨ ਕਰਨ ਲੱਗੇ ਮੇਰੇ ਗੁਰਦੇਵ ਨੂੰ ਕਿਸੇ ਦਾ ਆਸਰਾ ਲੈਣ ਦੀ ਲੋੜ ਨਹੀਂ ਸੀ, ਇਹ ਧੁਰਗੀ ਬਾਣੀ ਹੈ। ਧੁਰਗੀ ਬਾਣੀ ਆਈ ਤੇ ਸਗਲੀ ਚਿੰਤਾ ਮਿਟਾਈ। ਇਹਨਾਂ 'ਤੇ ਤਾਂ ਠੀਕ ਹੈ, ਤੁਹਾਨੂੰ ਗੱਡੀਆਂ ਮੁਬਾਰਕ ਹੋਣ, ਤੁਸੀਂ ਰਾਜਨੀਤਿਕ ਗੱਡੀਆਂ ਭੋਗੋ, ਪਰ ਇਹਨਾਂ ਵੀ ਗਰਕ ਨਾ ਜਾਓ ਕਿ ਨੀਵੇਂ ਥਾਂ 'ਤੇ ਜਾ ਕੇ ਸਤਿਗੁਰ ਦੀ ਬਾਣੀ ਨੂੰ ਇੰਨੀ ਉੱਚੀ ਸੁੱਚੀ ਵਿਚਾਰ ਧਰਨ ਨੂੰ ਥੱਲੇ ਲਿਆ ਕੇ ਪੇਸ਼ ਕਰ ਦਿਓ, ਪਰ ਕਰ ਦਿਓ। ਵੇਦਾਂ ਦਾ ਸਾਰ ਕਹਿ ਕੇ ਗੱਲ ਫਿਰ ਉਹ ਹੁੰਦੀ ਹੈ, ਆਪਣਾ ਅਧੂਰਾ ਗਿਆਨ ਇਹਦੇ ਵਿੱਚ ਘਸੋੜਨ ਦੀ ਕੋਸ਼ਿਸ਼ ਕਰਦੇ। ਇੱਥੇ ਲਿਖਿਆ ਸਾਸ਼ਤ ਵੇਦ ਸਿਮਰਤ ਸਭ ਸੋਧੇ ਸਭ ਏਕਾ ਬਾਤ ਪੁਕਾਰੀ। ਸਾਰੇ ਇੱਕੋ ਜਿਹੀ ਮਿਲਣੀ ਗੱਲ ਦੱਸਦੇ ਆ, ਬਿਨ ਗੁਰ ਮੁਕਤ ਨਾ ਕੋ ਪਾਵੈ, ਆਹ ਹੈ ਮੇਨ ਗੱਲ। ਬਿਨਾਂ ਗੁਰੂ ਤੋਂ ਕਿਸੇ ਨੂੰ ਮੁਕਤੀ ਨਹੀਂ ਮਿਲੀ, ਮਨ ਵੇਖੋ ਕਰ ਵਿਚਾਰੀ। ਹੇ ਮਨਾ ਵਿਚਾਰ ਕਰਕੇ ਵੇਖ ਲਾ, ਇੱਕ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਅੱਠ ਸੱਠ ਮੱਝਾਂ ਦਾ ਅੱਠ ਅਤੇ ਸੱਠ ਅਠਾਹਠ ਤੀਰ, ਲੋਕ ਅਠਾਹਠ ਤੀਰਥਾਂ ਦਾ ਇਸ਼ਨਾਨ ਕਰਦੇ ਫਿਰਦੇ ਸੀ। ਅੱਠ ਸੱਠ ਮੱਝਾਂ ਕਰ ਇਸ਼ਨਾਨਾ, ਅਠਾਹਠ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਵਹਿਮ ਪਾਉਣ ਵਾਲਾ ਬੰਦਾ, ਭਰਮ ਆਏ ਘਰ ਸਾਰੀ ਸਾਰੀ ਧਰਤੀ ਦਾ ਭਰਮਣ ਕਰ ਲਿਆ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ, ਪਰ ਫਿਰ ਵੀ ਅੰਦਰ ਨੂੰ ਸ਼ਾਂਤੀ ਨਹੀਂ ਮਿਲੀ। ਅੱਠ ਸੱਠ ਮੱਝਾਂ ਕਰ ਇਸ਼ਨਾਨਾ, ਭਰਮ ਆਏ ਧਰ ਸਾਰੀ ਅਨਕ ਸੋਚ। ਇਹਨੂੰ ਸੋਚ ਪੜ੍ਹਨਾ ਸਸਿਰ ਤੇ ਹੋੜਾ ਚੇਚਾ, ਇਹ ਜਿਵੇਂ ਜਪਜੀ ਸਾਹਿਬ ਦਾ ਪਹਿਲਾ ਸ਼ਬਦ ਨਹੀਂ ਸੋਚਿਆ ਸੋਚਣਾ, ਉੱਥੇ ਵੀ ਸੋਚਦਾ ਅਰਥ ਹੈ ਸੋਚ, ਉੱਥੇ ਸੋਚਣ ਨਾਲ ਨਹੀਂ ਹੈ। ਕਈਆਂ ਨੂੰ ਪੁੱਛ ਕੇ ਵੇਖਣਾ, ਇੰਨੇ ਇੰਨੇ ਨਗਰ ਕੀਰਤਨ ਮਨਾਉਣ ਤੋਂ ਬਾਅਦ ਪੁੱਛੋ ਆ ਸੋਚੇ ਸੋਚ ਦਾ ਕੀ ਅਰਥ ਹੈ, ਕਹਿੰਦਾ ਜੀ ਸੋਚਣ ਨਾਲ ਕੁਝ ਨਹੀਂ ਹੋਣਾ, ਤੇਰੀਆਂ ਸੋਚਾਂ ਕਰੇ ਕਰਤਾਰੋ ਆਪਣੀਆਂ ਤੂੰ ਮੈਂ ਵੀ ਜੋੜ ਲੈਂਦੇ ਹਾਂ, ਜਿੰਨੀਆਂ ਮਰਜ਼ੀ ਸੋਚਾਂ ਸੋਚੀ ਜਾਓ, ਸੋਚਣ ਨਾਲ ਭਲਿਓ ਸੋਚਣ ਤੋਂ ਬਿਨਾਂ ਤਾਂ ਸੰਸਾਰ ਚੱਲ ਹੀ ਨਹੀਂ ਸਕਦਾ। ਆਪਾਂ ਰਾਤ ਸੋਚ ਕੇ ਸੋਨੇ ਹਾਂ, ਸਵੇਰੇ ਬੱਚੇ ਨੂੰ ਬ੍ਰੇਕਫਾਸਟ 'ਚ ਕੀ ਦੇਣਾ, ਵਰਦੀਆਂ ਪ੍ਰੈਸ ਕੀਤੀਆਂ ਕਿ ਨਹੀਂ ਕੀਤੀਆਂ, ਕੱਲ੍ਹ ਮੈਂ ਜਾਣਾ ਪਹਿਲਾਂ ਕਿਹਦੇ ਕੋਲ ਜਾਣਾ ਬਾਅਦ ਵਿੱਚ, ਕਿ ਕੱਲ੍ਹ ਐਤਵਾਰ ਹੈ ਪਰਸੋਂ ਸੋਮਵਾਰ ਹੈ, ਮੈਂ ਪਰਸੋਂ ਕਿਹਨੂੰ ਮਿਲਣਾ, ਵਿਆਹਾਂ ਸ਼ਾਦੀਆਂ 'ਤੇ ਆਨੰਦ ਕਾਰਜਾਂ ਪੁੱਤਰਾਂ 'ਤੇ ਕੋਈ ਵੀ ਪ੍ਰੋਗਰਾਮ, ਸੋਚਣ ਤੋਂ ਬਿਨਾਂ ਤਾਂ ਸਮਾਜ ਚੱਲ ਹੀ ਨਹੀਂ ਸਕਦਾ। ਤੁਸੀਂ ਇੱਥੋਂ ਇੰਡੀਆ ਜਾਣਾ ਹੋਵੇ ਸੋਚ ਕੇ ਜਾਓ ਕਿਹਨੂੰ, ਵੀ ਅਰਕੀ ਕਿਹੜੇ ਕਿਹੜੇ ਕੰਮ ਕਰਕੇ ਆਉਣੇ। ਇਹ ਤਾਂ ਸੋਚਣ ਦੀ ਗੱਲ ਨਹੀਂ, ਇੱਥੇ ਸੋਚ ਸੋਚ ਦਾ ਅਰਥ ਕੀ, ਪਵਿੱਤਰਤਾ। ਗੁਰਦੇਵ ਨੇ ਆਖਿਆ ਲੱਖਾਂ ਵਾਰੀ ਬਾਹਰੋਂ ਸਰੀਰ ਧੋ ਲਾ, ਬਾਹਰੋਂ ਸਰੀਰ ਧੋਣ ਨਾਲ ਮਨ ਸੁੱਚਾ ਨਹੀਂ ਹੋਣਾ। ਇੱਥੇ ਵੀ ਗੁਰਦੇਵ ਨੇ ਆਖਿਆ ਸੋਚ ਕਰੇ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਧੋਵੇ, ਮਨ ਦੀ ਮੈਲ ਤਨ ਧੋਤਿਆ ਨਹੀਂ ਜਾਣੀ। ਸੋਚ ਕਰੇ ਦਿਲ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਵੇ। ਅਨਕ ਸੋਚ ਘਰੇ ਦਿਨ ਰਾਤੀ, ਅਨੇਕਾਂ ਵਾਰ ਬਾਹਰੋਂ ਸਰੀਰ ਨੂੰ ਧੋਤਿਆ, ਪਰ ਬਿਨ ਸਤਿਗੁਰ ਅੰਧੇਹਾਰੀ, ਬਿਨਾਂ ਸਤਿਗੁਰ ਤੋਂ ਫਿਰ ਵੀ ਜ਼ਿੰਦਗੀ 'ਚ ਹਨੇਰਾ ਹੀ ਗਿਆ। ਬਿਨਾਂ ਸਤਿਗੁਰ ਤੋਂ, ਬਿਨਾਂ ਗੁਰੂ ਦੇ ਗਿਆਨ ਤੋਂ ਜ਼ਿੰਦਗੀ ਫਿਰ ਵੀ ਕੋਪਾ ਨਹੀਂ ਲੈ ਗਈ। ਬਿਨ ਸਤਿਗੁਰ ਅੰਧੇਹਾਰੀ, ਅਖੀਰ 'ਚ ਕਹਿਤਾ ਧਾਵਤ, ਧਾਵ ਦਾ ਅਰਥ ਹੈ ਧੌਂਦਿਆਂ ਭੜਕਦਿਆਂ ਕੁੜਾਏ ਪਿਆ, ਮਰਗ ਜੀ ਤੇਰੇ ਕੋਲ ਆ ਗਿਆ। ਧਾਵਤ ਧਾਵਤ ਸਭ ਜਗ ਥਾਇਓ, ਸਾਰਾ ਸੰਸਾਰ ਵਿਖ ਗਿਆ। ਅਬ ਆਏ ਹਰ ਦੁਆਰੀ, ਹੇ ਰੱਬ ਜੀ ਹੁਣ ਤੇਰੇ ਦੁਆਰ 'ਤੇ ਆ ਗਿਆ, ਤੇਰੇ ਦਰਵਾਜ਼ੇ 'ਤੇ ਆ ਕੇ ਡਿੱਗ ਪਿਆ, ਸਾਨੂੰ ਇਹ ਵੀ ਪਤਾ ਵੀ ਤੇਰੇ ਵਰਗਾ ਦਰ ਹੋਰ ਕੋਈ ਨਹੀਂ। ਅਬ ਆਏ ਹਰ ਦੁਆਰੀ, ਅਤੇ ਗੁਰੂ ਨੇ ਕੀ ਕੀਤਾ ਜੀ ਫਿਰ, ਦੁਰਮਤ ਮੇਟ। ਗੁਰੂ ਰੱਬ ਨੇ ਆਹ ਕੰਮ ਕੀਤਾ ਵੀ ਬੰਦੇ ਦੇ ਅੰਦਰ ਦੀ ਦੁਰਮਤ ਬਾਹਰ ਕੱਢ ਕੇ, ਮਾੜੀ ਮਤ ਬਾਹਰ ਕੱਢ ਕੇ, ਦੁਰਮਤ ਮੇਟ ਕੀ ਕੀਤਾ ਜੀ, ਬੁੱਧ ਪ੍ਰਗਾਸੀ, ਅੰਦਰ ਬੁੱਧ, ਆਪਣੀ ਬੁੱਧ ਦਾ ਅੰਦਰ ਪ੍ਰਕਾਸ਼ ਕਰ ਦਿੱਤਾ ਸਿੱਖ ਨੇ, ਵੀ ਆਹ ਰਸ਼ਕਾ ਅੱਜ ਤੋਂ ਬਾਅਦ ਆਹ ਬੁੱਧ ਤੇਰੇ ਜ਼ਿੰਦਗੀ ਦੀ ਅਗਵਾਈ ਕਰੂ। ਸਿੱਖ ਗੁਰਦੁਆਰੇ ਕੀ ਲੈਣ ਆਉਂਦਾ ਜੀ, ਬੜਾ ਮਤ ਬੁੱਧ, ਇਹ ਉਪਦੇਸ਼ ਲੈਣ ਆਉਂਦਾ। ਸਿੱਖ ਘਰੋਂ ਤਿਆਰੀ ਕਰੇ ਕਿ ਅੱਜ ਮੈਂ ਗੁਰਦੁਆਰੇ ਗੁਰੂ ਕੋਲੋਂ ਗੁਰੂ ਦੀ ਬਾਣੀ ਪੜ੍ਹ ਕੇ ਆਪਣੀ ਮਤ ਛੱਡ ਕੇ ਅਤੇ ਗੁਰੂ ਦੀ ਮਤ ਗ੍ਰਹਿਣ ਕਰਨੀ ਹੈ। ਮੇਰੀ ਮਤ ਵਿੱਚ ਦੁੱਖ ਹੈ, ਗੁਰੂ ਦੀ ਮਤ ਵਿੱਚ ਸੁੱਖ ਹੈ, ਜੇ ਮੈਂ ਸੁਖੀ ਹੋਣਾ ਚਾਹੁੰਦਾ ਤਾਂ ਗੁਰੂ ਦੀ ਮਤ ਗ੍ਰਹਿਣ ਕਰ ਲਓ। ਦੁਰਮਤ ਮੇਟ ਬੁੱਧ ਪ੍ਰਗਾਸੀ, ਜਨ ਨਾਨਕ ਗੁਰਮੁਖ ਤਾਰੀ, ਸਤਿਗੁਰੂ ਕੀ ਜਿਸ ਨੂੰ ਮਤ ਆਵੇ, ਜਿਹਨੂੰ ਵੀ ਗੁਰੂ ਦੀ ਮਤ ਆ ਜਾਏਗੀ, ਸੋ ਸਤਿਗੁਰ ਮੋਹੇ ਸਮਾਨਾ। ਇਹ ਬਾਣੀ ਗੁਰੂ ਦੀ ਮਤ ਕੀ, ਇਹ ਪੜ੍ਹੋ, ਇਹ ਬਾਣੀ ਜੋ ਜੀਉ ਜਾਣੈ, ਇਹ ਬਾਣੀ ਹੀ ਗੁਰੂ ਦੀ ਮਤ ਹੈ। ਤਿਸ ਅੰਤਰ ਰਮੈ ਹਰ ਨਾਮਾ, ਗੁਰ ਕੀ ਮਤ ਤੂੰ ਲੈ ਆਣੇ, ਹੇ ਆਣਿਆ ਗੁਰੂ ਦੀ ਮਤ ਲੈ ਲਾ। ਭਗਤ ਬਿਨਾ
ਡੂਬੇ ਸਿਆਣੇ ਉੱਤੇ ਮਤ ਕਿਆ ਥੱਲੇ ਭਗਤੀ ਕਿਹਾ ਤਾਂ ਇਹਦਾ ਅਰਥ ਗੁਰੂ ਦੀ ਮਤ ਹੀ ਉਹਦੀ ਭਗਤੀ ਹੈ। ਸ਼ਬਦ ਵੇਖੋ ਧਿਆਨ ਨਾਲ ਕਿੱਦਾਂ ਕਿੰਨੇ ਸੋਹਣੇ ਤਰੀਕੇ ਨਾਲ ਗੁਰਦੇਵ ਨੇ ਬਾਣੀ ਉਚਾਰਨ ਕੀਤੀ। ਉੱਤੇ ਕਿਹਾ ਮਤ ਗੁਰ ਕੀ ਮਤ ਤੂੰ ਲੈ ਇਹ ਆਣ ਥੱਲੇ ਤੋਂ ਕਹਿਤਾ ਭਗਤ ਬਿਨਾਂ ਵੱਡੂ ਭਗਤ ਦੇ ਤੱਤੇ ਨੂੰ ਸਿਆਰੀ ਜਿਹਦਾ ਅਰਥ ਭਗਤੀ ਉਹਦੀ ਮਤ ਲੈਣੀ ਹੀ ਭਗਤੀ ਹੈ। ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ ਹੀ ਉਸਦੀ ਇਬਾਦਤ ਹੈ। ਤੇ ਸਿੱਖ ਗੁਰਦੁਆਰੇ ਕੀ ਲੈਣ ਆਉਂਦਾ ਜੀ? ਗੁਰੂ ਦੀ ਮਤ ਲੈਣ ਆਉਂਦਾ ਹੈ। ਆਓ ਗੁਰੂ ਬਖਸ਼ਿਸ਼ ਕਰੇ, ਗੁਰੂ ਦੀ ਵਿਚਾਰ ਨੂੰ ਸਮਝੀਏ, ਆਪ ਬਾਣੀ ਪੜ੍ਹੀਏ, ਆਪ ਬਾਣੀ ਨੂੰ ਸਮਝੀਏ ਵਿਚਾਰੀਏ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਨੂੰ ਛੱਡ ਕੇ ਵਿਹਾਰੀ ਨਾ ਬਣੀਏ, ਅੰਦਰੋਂ ਗੁਰੂ ਦੇ ਹੋਣ ਦਾ ਯਤਨ ਕਰੀਏ। ਜਿਹੜੀ ਗੱਲ ਗੁਰੂ ਨੇ ਕਹੀ ਹੈ ਕਿ ਤਾਂ ਕਿ ਜੀਵਨ ਸਵਰਗ ਬਣ ਸਕੇ, ਸਾਡਾ ਜੀਵਨ ਇੱਥੇ ਹੀ ਵਧੀਆ ਬਣ ਸਕੇ, ਅਸੀਂ ਆਪਣੇ ਪੁੱਤਰਾਂ ਧੀਆਂ ਬੱਚਿਆਂ ਵਿੱਚ ਬੈਠ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਜਿੱਥੇ ਇਹਨੂੰ ਦੁਨਿਆਵੀ ਐਜੂਕੇਸ਼ਨ ਦੁਨਿਆਵੀ ਵਿੱਦਿਆ ਦੇਣੀ ਹੈ ਉੱਥੇ ਨਾਲ ਗੁਰਮਤ ਦਾ ਪੱਖ ਵੀ ਪੇਸ਼ ਕਰ ਸਕੀਏ। ਮੈਂ ਤਾਂ ਇੱਕ ਬੇਨਤੀ ਕਰਦਾ ਹੁੰਦਾ ਪਿਆਰਿਆ, ਤੂੰ ਸੰਸਾਰੀ ਕਿਸੇ ਬੰਦੇ ਦਾ ਕੋਈ ਧਨ ਪਦਾਰਥ ਨਹੀਂ ਦੇਣਾ, ਪੈਸਾ ਨਹੀਂ ਦੇਣਾ, ਤੂੰ ਮੰਨਿਆ ਤੂੰ ਭਰਜਾਈ ਨਹੀਂ ਹੈ, ਪਰ ਰਾਤ ਨੂੰ ਸੌਣ ਲੱਗਿਆ ਇਹ ਮਹਿਸੂਸ ਕਰਿਆ ਕਰ ਕਲਗੀਧਰ ਪਾਤਸ਼ਾਹ ਮੈਂ ਤੇਰਾ ਭਰਜਾਈ ਜ਼ਰੂਰ ਹਾਂ, ਕਿ ਜੇ ਤੁਸੀਂ ਮੈਨੂੰ ਪੁੱਛ ਲਓ ਕਿ ਸਭ ਕੁਝ ਤਾਂ ਤੇਰੇ ਕੋਲ ਹੈ, ਮੇਰਾ ਅਜੀਤ ਸਿੰਘ ਕਿੱਥੇ ਹੈ, ਮੇਰਾ ਫਤਿਹ ਸਿੰਘ ਕਿੱਥੇ ਹੈ, ਮੇਰਾ ਜ਼ੋਰਾਵਰ ਮੇਰਾ ਜੁਝਾਰ ਸਿੰਘ ਕਿੱਥੇ ਹੈ, ਅਤੇ ਗੁਰੂ ਕਿਹਾ ਸਿੱਖਾ ਗੁਰੂ ਕੁਝ ਨਹੀਂ ਚਾਹੁੰਦਾ ਜੇ ਉਹ ਤੇਰੇ ਬੱਚਿਆਂ ਵਿੱਚੋਂ ਤੇਰੇ ਦੋਹਤੇ ਦੋਹਤੀਆਂ ਵਿੱਚੋਂ ਆਪਣੇ ਸਾਹਿਬਜ਼ਾਦੇ ਵੇਖਣਾ ਚਾਹੇ ਤਾਂ ਕੀ ਵਿਖਾ ਪਾਏਗਾ? ਹੈ ਤੇਰੇ ਕੋਲ ਇੱਦਾਂ ਦੀ ਕੋਈ ਤਾਲੀਮ ਸਿੱਖਿਆ ਕੋਈ ਸਮਾਂ ਦਿੱਤਾ ਹੈ? ਵਾਪਸ ਕਰ ਦਿਉ। ਜੇ ਪੁੱਤਰਾਂ ਦੇ ਨਹੀਂ ਪੋਤਰਿਆਂ ਵਾਲੇ ਬੰਨੇ ਸੁਚੇਤ ਹੋ ਜਾਈਏ, ਜੇ ਦੋਹਤੇ ਦੋਹਤੀਆਂ ਵਾਲੇ ਬੰਨੇ ਸੁਚੇਤ ਥੋੜ੍ਹਾ ਜਿਹਾ ਫਰਜ਼ ਆਪਣਾ ਸਮਝ ਲਈਏ। ਗੁਰੂ ਨੇ ਬਹੁਤ ਕੁਰਬਾਨੀਆਂ ਕਰਕੇ ਸਾਨੂੰ ਏਡਾ ਵੱਡਾ ਸਿਧਾਂਤ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਦੀ ਬਾਣੀ ਨੂੰ ਸਮਝੀਏ ਅਤੇ ਵਿਚਾਰੀਏ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਨੂੰ ਛੱਡ ਕੇ ਗੁਰੂ ਦੀ ਬਾਣੀ ਨੂੰ ਸਮਝ ਕੇ ਗੁਰੂ ਦੀ ਬਾਣੀ ਮੁਤਾਬਕ ਆਪਣਾ ਜੀਵਨ ਬਤੀਤ ਕਰੀਏ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਭਾਵੇਂ ਹੋਰ ਤੁਹਾਡੀ ਇਕਾਗਰਤਾ ਵੇਖ ਕੇ ਚਿੱਤ ਕਰਦਾ ਸੀ ਵਿਚਾਰਾਂ ਕਰਨ ਨੂੰ, ਪਰ ਦੂਜੇ ਗੁਰਦੁਆਰੇ ਟਾਈਮ ਹੈ, ਜਾ ਕੇ 12:30 ਉੱਥੇ ਵਿਚਾਰ ਜਿਹੜੀ ਆਰੰਭ ਕਰਨੀ ਹੈ। ਇੰਨੀ ਕੁ ਸੇਵਾ ਪ੍ਰਵਾਨ ਕਰਿਓ ਦਿਲਾਂ ਦੀਆਂ ਗਹਿਰਾਈਆਂ ਵਿੱਚੋਂ। ਆਪ ਸਭ ਦਾ ਧੰਨਵਾਦ। ਆਪ ਰਜੀਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਜੁੜ ਕੇ ਬੈਠੇ ਹੋ। ਗੁਰੂ ਅੱਗੇ ਅਰਦਾਸ ਕਰਦੇ ਹਾਂ ਸਾਡੇ ਘਰਾਂ ਵਿੱਚੋਂ ਮਨਮਤ ਬਾਹਰ ਨਿਕਲੇ, ਅਸੀਂ ਗੁਰੂ ਦੀ ਮਤ ਲੈ ਕੇ ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਵਿਚਾਰ ਕੇ ਆਪਣੀ ਜ਼ਿੰਦਗੀ ਵਿੱਚ ਵਸਾ ਸਕੀਏ। ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਨੂੰ ਛੱਡ ਕੇ ਨਸ਼ਿਆਂ ਦਾ ਤਿਆਗ ਕਰਕੇ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣ ਕੇ ਸੋਹਣਾ ਜੀਵਨ ਜੀਉ ਸਕੀਏ। ਭੈਣਾਂ ਅੱਗੇ ਵੀ ਬੇਨਤੀ ਹੈ, ਆਪਣੇ ਫਰਜ਼ ਨੂੰ ਥੋੜ੍ਹਾ ਜਿਹਾ ਪਹਿਚਾਣ ਕੇ ਆਪਣੇ ਬੱਚਿਆਂ ਨੂੰ ਟਾਈਮ ਥੋੜ੍ਹਾ ਜਿਹਾ ਦਿਆ ਕਰੋ ਬਾਣੀ ਵਾਲੇ ਪੱਖ ਤੋਂ, ਗੁਰਬਾਣੀ ਦੇ ਵਿਚਾਰ ਵਾਲੇ ਪੱਖ ਤੋਂ, ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਜਿਹੜੀਆਂ ਮੇਨ ਜ਼ਿੰਮੇਵਾਰੀਆਂ ਉਹਨਾਂ ਤੋਂ ਵੀ ਜਾਣੂ ਕਰਾ ਸਕੀਏ। ਆਓ ਵਾਪਸ ਵਰਤੀਏ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਨਾਲ ਹੀ ਇੱਥੋਂ ਦੇ ਰਾਗੀ ਜਥੇ ਦਾ, ਸਮੁੱਚੀਆਂ ਸਿੱਖ ਸੰਗਤਾਂ ਦਾ, ਦੂਰਾਂ ਨੇੜਿਆਂ ਤੋਂ ਜਵਾਈ ਸੰਗਤ ਸਾਰਿਆਂ ਦਾ ਬਹੁਤ ਧੰਨਵਾਦ। ਸ਼ੁਕਰਾਨਾ ਮੇਰੇ ਮਾਲਕ ਦਾ, ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਮੇਰੀਆਂ ਅਤੇ ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਉਸਾ ਲੈਣੇ। ਅਦੋ ਸਤਿਕਾਰ ਨਾਲ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।